ਹਾਂਜੀ ਬੋਸ। ਹਾਂ ਰੁਕੀ ਜੀ, ਗੱਲ ਸੁਣ ਮੇਰੀ ਧਿਆਨ ਨਾਲ। ਉਹ ਯਾਰ ਚਰਨ ਸਿੰਘ ਨਹੀਂ ਮਿਲ ਰਿਹਾ, ਤੂੰ ਇੱਕ ਕੰਮ ਕਰ, ਚੈਂਪੀਅਨ ਨੂੰ ਲੱਭ। ਨਹੀਂ ਨਹੀਂ, ਚਰਨ ਸਿੰਘ ਨੂੰ ਲੱਭਣਾ ਕਿ ਚੈਂਪੀਅਨ ਨੂੰ ਲੱਭਣਾ? ਉਹ ਯਾਰ ਤੈਨੂੰ ਪੰਜਾਬੀ ਸਮਝ ਨਹੀਂ ਆਉਂਦੀ। ਚਰਨ ਸਿੰਘ ਚੈਂਪੀਅਨ ਨੂੰ ਬਾਹਰ ਘੁਮਾਉਣ ਲੈ ਕੇ ਗਿਆ ਹੋਇਆ, ਚੈਂਪੀਅਨ ਲੱਭ ਗਿਆ ਤਾਂ ਚਰਨ ਸਿੰਘ ਆਪਣੇ ਆਪ ਲੱਭ ਜੂ, ਤੂੰ ਚੈਂਪੀਅਨ ਨੂੰ ਲੱਭ। ਕੀ ਕੰਮ ਲਾਤਾ ਯਾਰ, ਹੁਣ ਦਿਹਾੜੀ ਲਾਵਾਂ ਕਿ ਚੈਂਪੀਅਨ ਨੂੰ ਲੱਭਾਂ? ਚੈਂਪੀਅਨ ਪੁੱਤ, ਮੈਂ ਆ ਰਿਹਾ। ਕਿੱਥੇ ਆ ਚੈਂਪੀਅਨ ਪੁੱਤ? ਜੋਰ ਮੈਂ ਜੋਰ ਦੇ ਦਿਲ ਦਾ ਚੋਰ, ਮੈਂ ਇਹਦੇ ਨਾਲ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ ਮੇਰੀ ਮਾਂ, ਮੈਂ ਇਹਦੇ ਨਾਲ ਨਹੀਂ ਜਾਣਾ। ਓ ਤਾਂ ਚੈਂਪੀਅਨ ਜਨਾਬ ਇੱਥੇ ਬੈਠੇ ਨੇ, ਮੈਂ ਸਾਰੇ ਸ਼ਹਿਰ ਦਾ ਗੇੜਾ ਲਾ ਛੱਡਿਆ। ਗੱਲ ਸੁਣੋਏ, ਪਿਓ ਕਿੱਥੇ ਤੇਰਾ? ਮੈਨੂੰ ਕੀ ਪਤਾ, ਛੱਲੀ ਦੇ ਕੇ ਗਿਆ ਸੀ, ਕਹਿੰਦਾ ਖਤਮ ਹੋਣ ਤੋਂ ਪਹਿਲਾਂ ਆ ਜਾਏਗਾ, ਹਾਲੇ ਤੱਕ ਤਾਂ ਆਇਆ ਨਹੀਂ। ਜਿਸ ਹਿਸਾਬ ਨਾਲ ਤੇਰਾ ਪਿਓ ਤੈਨੂੰ ਛੱਲੀਆਂ ਦਾ ਸਟਾਕ ਦੇ ਕੇ ਗਿਆ ਨਾ, ਮੈਨੂੰ ਲੱਗਦਾ ਸਾਲ ਭਰ ਨਹੀਂ ਮੁੱਕਣੀਆਂ। ਕਿਤੇ ਕੈਨੇਡਾ ਤੋਂ ਡਿਪੋਰਟ ਤਾਂ ਨਹੀਂ ਕਰਤਾ? ਤੂੰ ਮੇਰੇ ਪਿਓ ਨੂੰ ਛੱਡ, ਆਪ ਤਿਆਰ ਤੇ ਇੰਜ ਹੋ ਕੇ ਆਇਆ ਜਿਹਦਾ ਕਾਰ ਡਰਾਈਵਰ ਨਹੀਂ ਇਸ ਫਿਲਮ ਦਾ ਹੀਰੋ ਹੋਵੇ, ਕਿਤੇ ਕਾਰ ਡਰਾਈਵਿੰਗ ਜੋਬ ਤੋਂ ਫਾਇਰ ਤਾਂ ਨਹੀਂ ਹੋ ਗਿਆ? ਇਹ ਤਾਂ ਬੇਇੱਜ਼ਤੀ ਕਰੀ ਜਾ ਰਿਹਾ ਕਾਕਾ ਜੀ, ਖੁੱਲ੍ਹੇ 'ਚ ਇਹੋ ਜਿਹੀ ਗੱਲ ਨਹੀਂ ਕਰਦੇ ਹੁੰਦੇ। ਨਾਲੇ ਇਸ ਤੁਮ 'ਚ ਨਾ ਸਹੀ, ਪਰ ਅਗਲੀ ਫਿਲਮ ਦਾ ਹੀਰੋ ਤਾਂ ਮੈਂ ਹੀ ਹੋਵਾਂਗਾ ਨਾ। ਇਹ ਛੱਡ, ਜੇ ਤੇਰਾ ਪਿਓ ਨਹੀਂ ਲੱਭ ਰਿਹਾ ਤਾਂ ਟੀਵੀ 'ਚੋਂ ਟਾਕ ਸ਼ੋਅ ਕਰਾ ਦਈਏ, ਕੈਨੇਡਾ 'ਚ ਟਾਕ ਸ਼ੋਅ ਬਹੁਤ ਚੱਲਦੇ ਨੇ। ਨਾ 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 ਨਾ, ਤੂੰ ਕੀ ਚਾਹੁੰਦਾ, ਮੇਰੇ ਮਾਂ ਪਿਓ ਦਾ ਤਲਾਕ ਹੋਵੇ? ਹੈ ਟਾਕ ਸ਼ੋਅ, ਤਲਾਕ? ਇਹ ਬਾਸੀ ਦਾ ਸ਼ੋਅ ਥੋੜ੍ਹੀ ਚੱਲ ਰਿਹਾ। ਉਹ ਕਿਵੇਂ? ਵੈਰੀ ਓਬਵੀਅਸ ਰੌਕੀ ਅੰਕਲ, ਟਾਕ ਸ਼ੋਅ ਤੋਂ ਬਾਅਦ ਡੈਡੀ ਦੇ ਦੋ ਚਾਰ ਫਾਇਲਾਂ ਹੋਰ ਖੁੱਲ ਜੂ, ਫਿਰ ਡੈਡੀ ਅੰਦਰ ਮੰਮੀ ਬਾਹਰ, ਹੋ ਗਿਆ ਨਾ ਤਲਾਕ। ਸਮਝਿਆ? ਨਹੀਂ ਸਮਝਿਆ, ਆ ਛੱਲੀ ਖਾ, ਮੈਂ ਹੁਣੇ ਆਉਂਦਾ। ਪਰ ਅੰਦਰ ਬਾਹਰ ਸਮਝਿਆ ਨਹੀਂ ਸਮਝਿਆ ਯਾਰ, ਮੈਂ ਤਾਂ ਸਮਝਾ ਸਮਝਾ ਕੇ ਸਮਝਾ ਗਿਆ, ਪਰ ਹੁਣ ਬੌਸ ਨੂੰ ਕੌਣ ਸਮਝਾਊ ਯਾਰ, ਬੌਸ ਆਪਣੇ ਆਪ ਸਮਝੂਗਾ ਯਾਰ, ਮੇਰਾ ਤਾਂ ਪੈਟਰੋਲ ਵੀ ਲੱਗਿਆ ਯਾਰ। ਚੈਂਪੀਅਨ, ਚੈਂਪੀਅਨ ਹੁਣ ਆਇਆ ਤੂੰ? ਪਿਛਲੇ ਇੱਕ ਘੰਟੇ ਤੋਂ ਮੈਂ ਤੇਰੀ ਵੇਟ ਕਰਦਾ ਪਿਆ ਵਾਂ। ਓ ਸ਼ੁਕਰ ਕਰੋ ਆਇਆ ਤੇ ਹੈ ਨਾ, ਕੰਮ ਦੱਸੋ। 3 ਦਿਨ ਦਾ ਤੂੰ ਕਿੱਥੇ ਮਰਿਆ ਪਿਆ ਸੀ? ਨਾ ਤੂੰ ਬੇਸ ਤੇ ਆਇਆ ਵਾਂ, ਨਾ ਤੂੰ ਕੋਈ ਟੈਕਸੀ ਦਾ ਹਿਸਾਬ ਦਿੱਤਾ। ਲੱਗਦਾ ਤੁਸੀਂ ਆਪਣਾ ਫੋਨ ਨਹੀਂ ਚੈੱਕ ਕਰਦੇ। ਓ ਯਾਰ ਚੈੱਕ ਤਾਂ ਕਰੋ, ਮੈਸੇਜ ਭੇਜਿਆ ਸੀ ਤੁਹਾਨੂੰ, ਛੁੱਟੀ ਅਪਲਾਈ ਕੀਤੀ ਹੈ ਮੈਂ। ਅਪਲਾਈ ਕਰਨ ਦਾ ਮਤਲਬ ਆ ਨਹੀਂ, ਛੁੱਟੀ ਮਿਲ ਗਈ ਆ? ਔਰ ਜਦੋਂ ਅਸੀਂ ਮੈਸੇਜ ਕਰਤਾ ਸਮਝੋ ਛੁੱਟੀ ਮਿਲ ਗਈ। ਛੱਡੋ ਪਰੇ, ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆ ਲੇਕ ਦੇਖ ਰਹੇ ਹੋ ਲੇਕ, ਇੱਕ ਵਾਰ ਮੇਰੇ ਸਾਲੇ ਦਾ ਵਿਆਹ ਹੋ ਜਾਏ ਬਸ,
ਸਗਨ ਪੈਣੇ ਆ ਦਬਾ ਦਬ, ਨਾਲੇ ਮੇਰੀਆਂ ਹੋਣੀਆਂ ਮਿਲਣੀਆਂ। ਉਸ ਤੋਂ ਬਾਅਦ ਲੇਖ ਹਟਾ ਕੇ ਇੱਥੇ ਬਣਾ ਦੇਣਾ ਹੈਗਾ ਮੈਂ ਟੈਕਸੀ ਰੈਂਕ, ਉਹ ਵੀ ਆਪਣਾ ਆਪਣਾ ਟੈਕਸੀ ਰੈਂਕ। 13 ਸਾਲਾ ਉਹ ਮਜਨੂੰ, ਤੈਨੂੰ ਉੱਥੇ ਸ਼ਗਨ ਨਹੀਂ ਪੈਣੇ, ਤੈਨੂੰ ਪੈਣੇ ਨੇ ਧੱਕੇ। ਤੇਰੀ ਭੈਣ ਦੀ ਬੁੱਗੇ, ਤੇਰੀ ਮਾਂ ਦੀ ਬੁੱਗੇ, ਤੂੰ ਇੱਕ ਨੰਬਰ ਦਾ ਕੁੱਤਾ ਹੈ। ਨੋ ਬੁੱਗੇ, ਕੁੱਤਾ ਹੈਜ਼ 4 ਲੈਗਸ, ਆਈ ਹੈਵ 2 ਲੈਗਸ, ਕੁੱਤਾ ਹੈਜ਼ ਲੌਂਗ ਟੇਲ, ਆਈ ਹੈਵ ਨੋ ਟੇਲ। ਬੁੱਗੇ ਡੋਨਟ ਸ਼ੋ ਮੀ ਯੋਰ ਫੇਸ ਅਗੇਨ। ਨਾ ਬੁੱਗੇ ਨਾ, ਤੇਰੀ ਤਾਂ ਮੈਨੂੰ ਬਹੁਤ ਲੋੜ ਹੈ, ਜੇ ਤੂੰ ਰੁੱਸ ਗਈ ਤਾਂ ਮੈਂ ਕੈਨੇਡਾ ਕਿਵੇਂ ਜਾਵਾਂਗਾ। ਮੇਰੇ ਤਾਂ ਸੁਖਨਾ ਬੈਂਡ ਵੀ 4 ਆਏ ਨੇ, ਉਹ ਮੇਰੀ ਤਾਂ ਭੂਆ ਵੀ ਉਰੇ ਰਹਿੰਦੀ ਹੈ। ਬੁੱਗੇ ਜਿਹੜੇ ਭਾਈ ਸਾਹਿਬ ਮਾਰ ਖਾ ਰਹੇ ਆ ਨਾ, ਇਹਨਾਂ ਦਾ ਨਾਮ ਹੈ ਮਜਨੂੰ, ਤੇ ਜਿਹੜੀ ਕੁੜੀ ਇਹਨਾਂ ਦੀ ਸੇਵਾ ਪਾਣੀ ਕਰ ਰਹੀ ਹੈ ਇਹ ਹੈ ਪਰੀ, ਮਜਨੂੰ ਦੀ ਗਰਲਫ੍ਰੈਂਡ। ਪਰੀ ਅੱਜ ਕੈਨੇਡਾ ਛੱਡ ਕੇ ਪੰਜਾਬ ਇਸ ਕਰਕੇ ਆਈ ਹੈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਮਜਨੂੰ ਆਪਣਾ ਵਿਆਹ ਕਿਤੇ ਹੋਰ ਕਰਵਾ ਰਿਹਾ। ਸੌਂ ਲੱਗੇ ਜੀ ਪਹਾੜੀ ਵਾਲੇ ਬਾਬੇ ਦੀ, ਮੁੰਡਾ ਤਾਂ ਬੜਾ ਹੀ ਸ਼ਰੀਫ ਆ, ਸਾਡੀ ਕੌਰਵੀ ਵਰਗਾ। ਉਹਨੇ ਤਾਂ ਵਿਚਾਰੇ ਨੇ ਕਿਸੇ ਦੀ ਅੱਜ ਤੱਕ ਕੰਧ ਤੱਕ ਨਹੀਂ ਟੱਪੀ। ਇੱਕ ਤੁਹਾਡਾ ਜਮਾਈ ਹੈ ਜਿਹਨੇ ਅੱਜ ਤੱਕ ਕਦੇ ਕੰਧ ਨਹੀਂ ਟੱਪੀ ਹੈ। ਕਿਹਨੂੰ ਦੇਖ ਲਓ, ਹਾਰੋ ਜਾ ਜਾਂਦਾ ਕੰਧਾ ਟੱਪਣ। ਇਹਦਾ ਨਾ ਸਾਹਮਣੇ ਵਾਲੀ ਕੁੜੀ ਦੇ ਨਾਲ ਇਸ਼ਕ ਪੇਚਾ। ਲੈ ਮੈਂ ਤਾਂ ਕਹਿੰਦੀ ਹਾਂ ਤੁਸੀਂ ਆਪਣੀ ਅੱਖਾਂ ਨਾਲ ਦੇਖ ਲਓ, ਦੇਖ ਲਓ। ਹਾਂ ਮੈਂ ਤੇਰਾ ਮਜ। ਓ ਸਮਦੀ ਜੀ, ਤੁਸੀਂ ਇਸ ਵੇਲੇ ਇੱਥੇ, ਕੀ ਗੱਲ ਹੋ ਗਈ, ਸਭ ਠੀਕ ਠਾਕ ਤਾਂ ਹੈ? ਓ ਸਾਨੂੰ ਛੱਡੋ, ਆਪਣੇ ਕਰੈਕਟਰਲੈਸ ਮੁੰਡੇ ਨੂੰ ਪੁੱਛੋ ਜਿਹੜਾ ਲੋਕਾਂ ਦੇ ਕੋਠੇ ਟੱਪਦਾ ਫਿਰਦਾ ਹੈ। ਓ ਹੈਲੋ, ਮੈਂ ਕਿਹੜੇ ਕੋਠੇ ਟੱਪਦਾ ਫਿਰਦਾ, ਨਾਲ ਮੇਰੇ ਕਰੈਕਟਰ ਦੀ ਗੱਲ ਨਹੀਂ ਕਰਨੀ। ਪੁੱਛੋ ਆਪਣੀ ਧੀ ਨੂੰ, ਜੇ ਬਚਪਨ ਤੋਂ ਲੈ ਕੇ ਅੱਜ ਤੱਕ ਇਹਨੂੰ ਟੱਚ ਵੀ ਕੀਤਾ ਹੋਵੇ। ਇਹੀ ਤਾਂ ਪ੍ਰੋਬਲਮ ਹੈ, ਸਾਡੀ ਕੁੜੀ ਨੂੰ ਤਾਂ ਕਦੇ ਟੱਚ ਨਹੀਂ ਕੀਤਾ, ਲੋਕਾਂ ਦੀਆਂ ਕੁੜੀਆਂ ਨਾਲ ਜਾ ਕੇ ਨੱਚ ਨੱਚ ਕਰਦਾ ਹੈ। ਮੈਂ ਕਿਹਾ ਜੀ ਆ ਨੱਚ ਨੱਚ ਕੀ ਹੁੰਦਾ, ਤੁਸੀਂ ਤਾਂ ਕਦੇ ਕੀਤਾ ਨਹੀਂ। ਓਏ ਹੋਏ, ਜੇ ਮੈਂ ਤੇਰੇ ਨਾਲ ਨੱਚ ਨੱਚ ਨਹੀਂ ਕੀਤਾ ਤਾਂ ਏਡਾ ਵੱਡਾ ਲੋਕਾਂ ਦੇ ਸਾਹਮਣੇ ਵੀ ਨੱਚੀ ਜਾਂਦਾ ਪਿਆ। ਬੜੇ ਬੇਵਕੂਫਾਂ ਦਾ ਟੱਬਰ ਹੈ ਇਹ, ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਇਹ ਹੁਣ ਤੱਕ ਨੱਚ ਨੱਚ ਤੇ ਲੱਗੇ ਹੋਏ ਨੇ। ਖਬਰਦਾਰ, ਜੇ ਇੱਕ ਵੀ ਲਫ਼ਜ਼ ਮੂੰਹੋਂ ਬੋਲਿਆ। ਤੁਸੀਂ ਕੁੜੀ ਵਾਲੇ ਹੋ, ਕੁੜੀ ਵਾਲੇ ਤਾਂ ਹਮੇਸ਼ਾ ਗਰਦਨ ਝੁਕਾ ਕੇ ਰੱਖਦੇ ਹੁੰਦੇ ਨੇ। ਗਿਆ ਜ਼ਮਾਨਾ ਜਦੋਂ ਕੁੜੀ ਵਾਲੇ ਗੱਲਾਂ ਸੁਣ ਕੇ ਗਰਦਨਾਂ ਨੀਵੀਆਂ ਕਰਕੇ ਚਲੇ ਜਾਂਦੇ ਸੀ। ਅਸੀਂ ਤਾਂ ਗਰਦਨਾਂ ਵੱਢਣ ਵਾਲਿਆਂ ਚੋਂ ਆ। ਤੈਨੂੰ ਤਾਂ ਮਾਰ ਆ ਜਾ, ਦੱਸ ਕਿ ਤੈਨੂੰ ਕੀ ਕਰ ਰਹੇ ਹੋ, ਕੀ ਕਰ ਜਾਂਦੇ ਹੋ। ਓ ਲਵਲੀ, ਕੋਈ ਚੰਗੀ ਗੱਲ ਥੋੜੀ ਹੈ, ਕੀ ਰੱਖਿਆ ਤੁਸੀਂ ਆਪਣੇ? ਹੋ ਜਾ, ਤੈਨੂੰ ਕੀ ਹੋ ਗਿਆ? ਨਹੀਂ ਇਦਾਂ ਨਹੀਂ ਕਰੀਦਾ, ਤੁਸੀਂ ਰੋਕ ਰਹੇ ਹੋ, ਮੇਰੀ ਗੱਲ ਤਾਂ ਸੁਣ। ਆਪਣਾ ਜਨਮਾਂ ਜਨਮਾਂ ਦਾ ਸਾਥ ਹੈ, ਇਸ ਜਨਮ ਚ ਨਹੀਂ ਤਾਂ ਕੀ ਹੋ ਗਿਆ, ਆਪਾਂ ਅਗਲੇ ਜਨਮ ਚ ਇਕੱਠੇ ਹੋਵਾਂਗੇ। ਚੰਗਾ ਭੈਣ, ਸਤਿ ਸ੍ਰੀ ਅਕਾਲ। ਰੱਬ ਨੇ ਚਾਹਿਆ ਤਾਂ ਫਿਰ ਇਕੱਠੇ ਹੋਵਾਂਗੇ ਵਿਆਹ ਤੇ, ਖਿਆਲ ਰੱਖੀ ਆਪਣਾ। ਚੰਗਾ।
ਚੱਲ ਆ ਜਾ ਹੁਣ ਅੰਦਰ, ਬਾਕੀਆਂ ਦੇ ਜਾ ਕੇ ਜੂਠੇ ਭਾਂਡੇ ਭੁੰਡੇ ਤਾਂ ਇਕੱਠੇ ਕਰੀਏ। ਅੱਛਾ ਡੈਡੀ ਜੀ, ਅਸੀਂ ਵੀ ਹੁਣ ਚੱਲਦੇ ਹਾਂ। ਤੁਸੀਂ ਕਿੱਥੇ ਚੱਲੇ ਆ ਪੁੱਤਰ? ਬਾਕੀ ਸਾਰੇ ਰਿਸ਼ਤੇਦਾਰ ਤਾਂ ਸਾਡੀ ਬੇਇੱਜ਼ਤੀ ਕਰਕੇ ਚਲੇ ਗਏ। ਉਹ ਤੁਸੀਂ ਤਾਂ ਆਪਣੇ ਆ, ਤੁਸੀਂ ਤਾਂ ਰੁਕੋ ਦੋ ਚਾਰ ਦਿਨ। ਆਹੋ ਜਿਹੜੇ ਥੋੜੇ ਬਹੁਤੇ ਪੈਸੇ ਜੇਬ 'ਚ ਬਚੇ ਨੇ ਉਹ ਵੀ ਗਵਾ ਲਓ ਹੁਣ। ਤੁਸੀਂ ਕੁਛ ਕਿਹਾ ਬੇਟਾ ਜੀ? ਨਹੀਂ ਨਹੀਂ ਕੁਛ ਨਹੀਂ ਮੰਮੀ ਜੀ, ਅਸੀਂ ਹੁਣ ਰੁਕੇ ਕਰਨਾ ਵੀ ਕੀ ਹੈ, ਵਿਆਹ ਤਾਂ ਹੋਇਆ ਨਹੀਂ, ਅਸੀਂ ਹੁਣ ਚੱਲਦੇ ਹਾਂ। ਚੈਂਪੀਅਨ ਬੇਟਾ ਜੋ ਨਾਨਾ ਜੀ ਜੱਫੀ ਪਾ ਕੇ ਆਓ। ਜਿਉਂਦੇ ਰਹੋ ਪੁੱਤਰ। ਚੈਂਪੀਅਨ ਇੱਧਰ ਆਓ ਬੇਟਾ, ਹੁਣ ਤੁਸੀਂ ਨਾਨੀ ਮੰਮਾ ਕੋ ਜਾ ਕੇ ਉਹਨਾਂ ਨੂੰ ਜੱਫੀ ਪਾਓ। ਹਾਏ ਨੀ ਮੇਰਾ ਪੁੱਤ, ਜਿਉਂਦਾ ਰਹਿ। ਆ ਮੇਰਾ ਬੇਟਾ, ਸ਼ਾਬਾਸ਼। ਪੁੱਤਰ ਜੀ, ਵੱਡੇ ਬਾਪੂ ਜਿੰਨੂੰ ਵੀ ਜੱਫੀ ਪਾ ਕੇ ਆਓ। ਜਾਓ ਜਾਓ, ਜਿੰਨੀਆਂ ਮਰਜ਼ੀ ਜੱਫੀਆਂ ਪਾ ਲਓ, ਅੱਜ ਮਿਲਣਾ ਕੁਛ ਨਹੀਂ। ਨਹੀਂ ਅਸੀਂ ਕੋਈ ਪੈਸਿਆਂ ਦੇ ਭੁੱਖੇ ਆ, ਕਰੋ ਜਾਂਦਿਆਂ ਨੂੰ ਤਾਂ ਕੋਈ ਵੀ ਸਗਨ ਹੱਥੀ ਫੜਾ ਦਿੰਦਾ। ਅਸੀਂ ਕੈਨੇਡਾ ਤੋਂ ਇੰਨਾ ਪੈਸਾ ਖਰਚ ਕਰਕੇ ਆਏ ਆ ਤੇ ਇੱਥੇ ਇੱਥੇ ਕੀ ਇੱਥੇ ਹੈ ਕੀ ਇੱਥੇ? ਨਾਲੇ ਜੇ ਖਰਚਾ ਕਰਕੇ ਆਏ ਹੋ ਤਾਂ ਸਾਰਾ ਖਰਚਾ ਬੱਚਿਆਂ ਨੂੰ ਜੱਫੀਆਂ ਪਵਾ ਪਵਾ ਕੱਢਣਾ? ਗੱਲਾਂ ਕਰਦੇ ਨੇ ਬਦਤਮੀਜ਼, ਤੈਨੂੰ ਅਕਲ ਨਹੀਂ ਜੀਜੇ ਨਾਲ ਕਿੱਦਾਂ ਗੱਲ ਕਰੀਦੀ ਹੈ? ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟ ਗਿਆ, ਇਹੋ ਜਿਹੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ? ਕਿਉਂ, ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ? ਅੱਜ ਵੀ ਜਾ ਕੇ ਦੇਖ ਲਓ, ਕੱਲੀ ਕੱਲੀ ਕੁੜੀ ਮਜਨੂੰ ਦੇ ਪਿੱਛੇ ਪਈ ਹੈ। ਇਹੋ ਜਿਹੀ ਕੁੜੀ ਮਿਲ ਜੂ ਤੈਨੂੰ ਜਿਹੋ ਜਿਹੀ ਅਸੀਂ ਲੱਭੀ ਸੀ। ਚਲੋ ਜੀ ਇੱਥੋਂ ਚਲੋ, ਜੇ ਸਾਡੇ ਪੈਰੀ ਵੀ ਪੈਣਗੇ ਨਾ ਅਸੀਂ ਨਹੀਂ ਆਉਣਾ ਇਹਨਾਂ ਦੇ। ਚੱਲ ਚੱਲ ਮੇਰਾ ਬੇਟਾ, ਚੱਲ ਤੂੰ ਚੱਲ। ਡੈਡੀ ਜੀ ਕੀ ਗੱਲਾਂ ਕਰਦੇ ਹੋ? ਵਾਈ ਵਰਡ ਚੱਲ 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 ਬਾਹਰ, ਚੱਲ ਤੂੰ ਕੈਨੇਡੀਅਨ ਡਿਪੋਰਟ ਚੱਲ। ਉਹ ਤੁਹਾਨੂੰ ਮੇਰਾ ਪਤਾ ਨੀ ਕੁੜੀ ਪਸੰਦ ਕੀਤੀ ਆ ਕੈਨੇਡੇ ਦੀ, ਅੰਗਰੇਜ਼ੀ ਬੋਲਦੀ ਆ, ਹਫਤੇ ਦੇ ਅੰਦਰ ਵਿਆਹ ਕੇ ਦਿਖਾਓ ਤੁਹਾਨੂੰ ਹਫਤੇ ਦੇ ਅੰਦਰ, ਦੇਖ ਲਿਓ। ਮੇਰੀ ਗੱਲ ਨੂੰ ਸੀਰੀਅਸ ਲੈਂਦਾ ਨੀ ਕੋਈ ਇੱਥੇ, ਗੱਲਾਂ ਕਰਦੇ ਨੇ। ਉਹ ਤੇਰੀ ਭੈਣ ਨੂੰ, ਤੈਨੂੰ ਕੀ ਹੋ ਗਿਆ? ਇਕਦਮ ਸਿੱਧੂ ਮੂਸੇਵਾਲੇ ਦੀ ਆਤਮਾ ਕਿੱਥੋਂ ਆ ਗਈ ਇਹਦੇ ਚ? ਡੈਡੀ ਜੀ ਤੁਸੀਂ ਕਿਹੜਾ ਮੂਸੇ ਜਾ, ਪੁੰਡੀ ਤਾਂ ਨੀ ਲੜਕੀ ਕਿਤੇ? ਪੁੰਡੀ ਤਾਂ ਤੇਰੇ ਮੈਂ ਲੜਾਂਗਾ, ਹੁਣ ਕਰਾਉਂਗਾ ਤੇਰਾ ਕੈਨੇਡਾ ਵਿਆਹ। ਮੇਰੀ ਔਕਾਤ ਕਿੱਥੇ? ਤੁਸੀਂ ਬੜੀ ਜਲਦੀ ਵਾਇਲੈਂਟ ਬਹੁਤ ਹੋ ਜਾਂਦੇ ਹੋ, ਆਹ ਤੁਹਾਨੂੰ ਮੈਂ ਸਮਝਾਉਣਾ। ਤੁਹਾਨੂੰ ਕੀ ਲੱਗਦਾ ਕੈਨੇਡਾ ਸਾਰੇ ਅਮੀਰ ਲੋਕ ਹੀ ਹੁੰਦੇ ਨੇ? ਉਹ ਨਹੀਂ ਮਹਾਰਾਜ, ਇੱਥੇ ਤਾਂ ਗਲਤੀ ਕਰਦੇ ਆਪਾਂ, ਉੱਥੇ ਵੀ ਗਰੀਬ ਹੁੰਦੇ ਨੇ। ਬੈਠੋ ਬੈਠੋ ਬੈਠੋ, ਮੈਂ ਸਮਝਾਉਂਦਾ ਤੁਹਾਨੂੰ। ਜਿਹੜੀ ਪਰੀ ਹੈ ਨਾ, ਬਹੁਤ ਗਰੀਬ ਕੁੜੀ ਹੈ, ਉਹ ਬੇਸਮੈਂਟਾਂ 'ਚ ਰਹਿੰਦੇ ਨੇ, ਅਗਲੇ ਬੇਸਮੈਂਟਾਂ 'ਚ। ਨਾਲੇ ਮੈਂ ਕਦੇ ਕੋਈ ਅਮੀਰ ਕੁੜੀ ਫਸਾ ਲਾਂ? ਮੇਰੀ ਇੰਨੀ ਜ਼ਰੂਰਤ? ਮੈਨੂੰ ਤੁਹਾਡੀ ਔਕਾਤ ਦਾ ਨਹੀਂ ਪਤਾ। ਓਏ ਮੈਨੂੰ ਪਤਾ ਹੈ, ਇਸ ਕਰਕੇ ਤੁਹਾਡੀ ਔਕਾਤ ਤੋਂ ਘੱਟ ਹੀ ਫਸਾਵਾਂਗਾ। ਤੁਸੀਂ ਬਸ ਟੈਨਸ਼ਨ ਨਾ ਲਓ, ਇੱਕ ਵਾਰ ਜਾ ਕੇ ਉਹ ਗਰੀਬਾਂ ਨੂੰ ਮਿਲ ਲਓ। ਹਾਂ ਮਿਲ ਲਓ ਨਾ। ਪਰ ਉਹ ਪਰਪੁਰ ਨੂੰ ਛੱਡੋ, ਆ ਜਿਹੜੇ ਰਿਸ਼ਤੇਦਾਰ ਬੋਲ ਕਬੋਲ ਬੋਲਦੇ ਆ ਨਾ, ਉਹਨਾਂ ਦੇ ਮੂੰਹ ਭੰਨੇ ਜਾਣਗੇ। ਨਾਲੇ ਮੈਂ ਮਜਨੂੰ ਦੇ ਵਿਆਹ ਵਾਸਤੇ ਜਿਹੜਾ ਸੂਟ ਪਾਇਆ ਸੀ ਉਹ ਪਾ ਲੂੰਗੀ, ਹੈ ਨਾ। ਹਾਏ ਮੇਰੀ ਮਾਂ, ਆ ਜਾ। ਹਾਂ ਮੇਰਾ ਪੁੱਤ, ਹਾਏ ਹਾਏ। ਪਰੀ ਕਾਕਾ ਜੀ ਰਿੰਗ ਪਾਓ। ਹਾਂਜੀ, ਰਿੰਗ ਕਿੱਥੇ? ਤੁਹਾਡੇ ਕੋਲ ਹੈ ਜੀ। ਮੇਰੇ ਕੋਲ? ਆ ਜੇਬ 'ਚ, ਇੱਧਰ ਲਈ ਇੱਥੇ ਦੇਖੋ।
ਕੀ ਹੋਇਆ? ਜਨਾਬ ਮੁੰਦਰੀ ਰੱਖੀ ਸੀ, ਪਤਾ ਹੀ ਨਹੀਂ ਕਿੱਥੇ ਗਈ। ਉਹ ਜਿਸ ਤਰ੍ਹਾਂ ਦੀਆਂ ਤੁਸੀਂ ਜੇਬਾਂ ਲਵਾਈਆਂ ਨੇ ਨਾ, ਮੈਨੂੰ ਲੱਗਦਾ ਪਿੱਛੇ ਕਿਤੇ ਸੁੱਟ ਆਏ ਹੋ, ਜਾ ਕੇ ਦੇਖੋ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਮਿਲ ਗਈ। ਸ਼ੁਕਰ। ਉਹ ਜੇ ਤੇਰੇ ਕੋਲ ਸੀਗੀ ਮੁੰਦਰੀ ਤਾਂ ਮੇਰੀ ਜੇਬ ਐਵੇਂ ਪੜਵਾਤੀ। ਹੈਲੋ ਜਨਾਬ। ਇਹ ਇੱਕ ਮਿੰਟ ਇੱਕ ਮਿੰਟ, ਇੰਨੀ ਛੋਟੀ ਮੁੰਦਰੀ? ਮੈਨੂੰ ਤਾਂ ਪਤਾ ਚੱਲਿਆ ਸੀ ਕਿ ਮੁੰਡੇ ਦੇ 500 ਟਰੱਕ ਚੱਲਦੇ ਨੇ। ਜਿਸ ਤਰ੍ਹਾਂ ਦੀ ਆ ਮੁੰਦਰੀ ਹੈ ਨਾ, ਤੇ ਮੈਨੂੰ ਲੱਗਦਾ ਦੋ ਤਿੰਨ ਆਟੋ ਹੀ ਚੱਲਦੇ ਹੋਣਗੇ। 500 ਦੀ ਕਿਹੜੀ ਗੱਲ ਕਰਤੀ, ਟਰੱਕ ਤਾਂ ਮੈਂ 1000 ਚਲਾ ਦੂੰਗੀ। ਓਏ ਚੁੱਪ ਕਰ ਭੈਣ, ਲੱਡੂਆਂ ਦੀ ਗੱਲ ਨਹੀਂ ਕਰਦੇ, ਟਰੱਕਾਂ ਦੀ ਗੱਲ ਕਰਦੇ ਪਿਆ ਤੂੰ ਵੀ ਨਾ ਬਸ। ਮੈਨੂੰ ਤਾਂ ਇਹ ਫੈਮਿਲੀ ਪਾਗਲਾਂ ਦੀ ਲੱਗਦੀ ਹੈ। ਚਲੋ ਇਹ ਤਾਂ ਰਿੰਗ ਸੈਰੇਮਨੀ ਹੈ, ਚੱਲੇਗਾ, ਪਰ ਵਿਆਹ ਤੇ ਲੈਣ ਦੇਣ ਬਰਾਬਰ ਦਾ ਹੋਏਗਾ। ਓਏ ਲੋਕਾਂ ਨੂੰ ਪਤਾ ਚੱਲੇ ਕਿ ਸੋਤੇ ਦੀ ਕੁੜੀ ਦਾ ਵਿਆਹ ਹੈ। ਕੋਈ ਨਹੀਂ ਪੁੱਤਰਾ, ਤੂੰ ਘਰ ਚੱਲ, ਤੇਰੇ ਪਟਾਕੇ ਤਾਂ ਮੈਂ ਪਾਉਂਗਾ। What's he saying? No, family, fireworks, no problem. You come. No problem, no problem. ਪਾਪਾ ਜੀ, ਮੈਨੂੰ ਪਤਾ ਮੇਰੇ ਤੋਂ ਗਲਤੀ ਹੋਈ ਹੈ, ਪਰ ਮੈਂ ਕੀ ਕਰਦਾ? ਜਿਹੜੀ ਕੁੜੀ ਨਾਲ ਬਚਪਨ 'ਚ ਮੇਰਾ ਵਿਆਹ ਪੱਕਾ ਹੋਇਆ, ਉਹਨੂੰ ਮੈਂ ਪਿਆਰ ਨਹੀਂ ਕਰਦਾ, ਅਤੇ ਜਿਹਨੂੰ ਮੈਂ ਪਿਆਰ ਕਰਦਾ ਉਹਦੇ ਵਾਸਤੇ ਇੱਕ ਝੂਠ ਬੋਲ ਵੀ ਦਿੱਤਾ ਤਾਂ ਕੀ ਗੁਨਾਹ ਕਰਤਾ? ਤੁਹਾਡਾ ਪੋਤਾ ਪਾਲ ਡਾਂਗ ਲੈ ਕੇ ਮੇਰੇ ਪਟਾਕੇ ਪਾਉਣ ਨੂੰ ਫਿਰਦਾ ਪਿਆ। ਅੱਜ ਕੁਛ ਬੋਲ ਪੋ, ਜਵਾਬ ਦੇ ਦਿਓ ਉਹਨੂੰ, ਜਵਾਬ ਦਿਓ ਅੱਜ ਇਹਨੂੰ। ਜਵਾਬ ਤਾਂ ਤੇਰੀ ਗੱਲ ਦਾ ਮੈਂ ਦਊਂਗਾ ਕਾਕਾ ਜੀ। ਓਏ ਜਿਹੜਾ ਬੰਦਾ ਪਿਛਲੇ 5 ਸਾਲਾਂ ਤੋਂ ਬੋਲਿਆ ਹੀ ਨਹੀਂ, ਉਹ ਤੁਹਾਡੀ ਗੱਲ ਦਾ ਕੀ ਜਵਾਬ ਦਊਗਾ? ਬਾਕੀ ਰਹੀ ਗੱਲ ਪਟਾਕਿਆਂ ਦੀ, ਪਟਾਕੇ ਤਾਂ ਤੁਹਾਡੇ ਮੈਂ ਪਾਊਂਗਾ। ਖੰਘਾਰ ਨੂੰ ਮੈਂ ਤੇਰੇ ਦੰਦੀਆਂ ਵੜਦੀਆਂ। ਇਹਦੇ ਨਾਲ ਤਾਂ ਮੈਂ ਬਾਅਦ ਚ ਗੱਲ ਕਰੂੰਗਾ, ਪਹਿਲਾਂ ਮੈਨੂੰ ਤੂੰ ਦੱਸ ਤੂੰ ਕਿਹੜਾ ਦੂਜਾ ਕਸਮ ਰੱਖਿਆ ਹੋਇਆ? ਕੀ ਬਕਵਾਸ ਕਰੀ ਜਾਂਦੇ ਹੋ ਤੁਸੀਂ? ਮੈਨੂੰ ਤਾਂ ਲੱਗਦਾ ਪੁੱਤ ਤੇਰੇ ਪਿਓ ਦੇ ਢਿੱਡ ਚ ਨਹੀਂ ਸਗੋਂ ਦਿਮਾਗ ਚ ਮੋਚ ਪੈ ਗਈ ਹੈ। ਹਾਂ ਹਾਂ, ਮੇਰੇ ਦਿਮਾਗ 'ਚ ਤਾਂ ਮੋਚ ਪੈਣੀ ਹੈ, ਨਹੀਂ ਤਾਂ ਤੂੰ ਹੀ ਦੱਸ, ਜਿਹੜੇ 500 ਟਰੱਕਾਂ ਦੀਆਂ ਉੱਥੇ ਫੁਕਰੀ ਮਾਰ ਗਿਆ ਹੈ, ਉਹ ਤੂੰ ਦਾਸ ਲੈ ਕੇ ਆਈ ਸੀ ਜਾਂ ਮੈਂ ਭੁੱਕੀ ਵੇਚ ਕੇ ਖਰੀਦੇ ਸੀ? ਹੈ ਓਏ ਓਏ, ਤੂੰ ਤਾਂ ਕਹਿੰਦਾ ਸੀ ਕੈਨੇਡਾ ਵਾਲੀ ਕੁੜੀ ਗਰੀਬ ਹੈ, ਉਹ ਏਦਾਂ ਦੀ ਹੁੰਦੀ ਹੈ ਕੁੜੀ ਗਰੀਬ? ਉਹ ਕੈਨੇਡਾ 'ਚ ਵੀ ਗਰੀਬ ਹੁੰਦੇ ਨੇ, ਤੁਹਾਨੂੰ ਕੀ ਪਤਾ, ਗਏ ਹੋ ਕਦੀ? ਆਹੋ, ਤੂੰ ਬੜਾ ਗਿਆ ਉੱਥੇ, ਉੱਥੇ ਜਾ ਕੇ ਤੂੰ ਟਰੂਡੋ ਦਾ ਜਹਾਜ਼ ਉਡਾ। ਓਹੋ, ਮੈਂ ਕਹਿੰਦੀ ਬਸ ਵੀ ਕਰੋ ਹੁਣ। ਬਾਬੂ ਜੀ, ਤੁਸੀਂ ਥੱਕ ਗਏ ਹੋ ਰਾਈਟ, ਤੇ ਤੁਹਾਡੇ ਤੋਂ ਉੱਤੇ ਮੇਰੇ ਲਈ ਕੁਛ ਨਹੀਂ, ਨਾਲੇ ਮੈਂ ਨਹੀਂ ਚਾਹੁੰਦਾ ਇਸ ਉਮਰੇ ਮੇਰੀ ਪਿਆਰੀ ਜੀ ਮਾਂ ਫਿਦਵਾ ਹੋ ਜਾ। ਤੁਸੀਂ ਮਾਰਨਾ ਹੀ ਹੈ ਨਾ, ਤੁਸੀਂ ਮੈਨੂੰ ਮਾਰ ਲਓ, ਪਰ ਐਵੇਂ ਭੱਜ ਭੱਜ ਕੇ ਆਤਮ ਹੱਤਿਆ ਨਾ ਕਰੋ ਬਾਪੂ ਜੀ। ਓਏ ਪੁੱਤਰ, ਮੈਂ ਆਤਮ ਹੱਤਿਆ ਨਹੀਂ ਕਰਦਾ, ਮੈਂ ਤਾਂ ਹੱਤਿਆ ਕਰੂੰਗਾ, ਉਹ ਵੀ ਤੇਰੀ। ਓਏ ਮੈਂ ਤਾਂ ਕਹਿੰਦਾ ਤੂੰ ਜੰਮਦਾ ਹੀ ਕਿਉਂ ਨਹੀਂ ਮਰ ਗਿਆ।
ਨਿਕਲ ਜਾ ਮੇਰੇ ਘਰੋਂ ਬਾਹਰ। ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ। ਓਏ ਤੂੰ ਜੰਮਦਾ ਕਿਉਂ ਨਹੀਂ ਮਰ ਗਿਆ, ਕਿਉਂ ਨਹੀਂ ਮਰ ਗਿਆ ਦਾਨੀ? ਕਿਦਾਂ ਦਾ ਜੰਗਲੀ ਪਿਓ ਰੱਖਿਆ ਯਾਰ। ਓਏ ਉਹ ਤੂੰ ਜਿੱਥੇ ਤੱਕ ਭੱਜਣਾ ਭੱਜ ਲਾ, ਹੁਣ ਨਹੀਂ ਮੈਂ ਤੈਨੂੰ ਛੱਡਦਾ, ਤੇ ਜੋ ਕਰ ਸਕਦਾ ਕਰ ਲਾ ਤੂੰ। ਹੁਣ ਮੈਂ ਕੀ ਕਰ ਸਕਦਾ ਨਾਲੇ ਯਾਰ, ਜਮਾ ਕੁਛ ਨਹੀਂ ਕਰ ਸਕਦਾ। ਜੋ ਕਰਨਾ ਤੁਸੀਂ ਕਰਨਾ ਕਰ ਲਓ ਫਿਰ, ਖੜੇ ਆ ਤੇ। ਓਏ ਰੱਬ ਤੇਰੇ ਵਰਗੀ ਗੰਦੀ ਔਲਾਦ ਕਿਸੇ ਨੂੰ ਨਾ ਦੇਵੇ। ਸੁਣਿਆ ਤੂੰ, ਰੱਬ ਤੇਰੇ ਵਰਗੀ ਗੰਦੀ ਔਲਾਦ ਕਿਸੇ ਨੂੰ ਨਾ ਦੇਵੇ। ਚੱਲ ਨਿਕਲ, ਨਿਕਲ ਜਾ ਮੇਰੇ ਘਰੋਂ ਬਾਹਰ। ਓਏ ਚੱਲ, ਖੜਾ ਕੀ ਕਰਦਾ, ਨਿਕਲ। ਚੁੱਪ ਹੋ ਜਾ, ਖਬਰਦਾਰ ਮੈਨੂੰ ਖੜਾ ਕਰ, ਖੜਾ ਕਰ, ਮੈਨੂੰ ਖੜਾ ਕਰ। ਖਬਰਦਾਰ ਜੀ, ਜੀ ਮੇਰੇ ਮੇਰੇ ਪੁੱਤ ਨੇ ਕੁਛ ਕਿਹਾ। ਅੱਜ ਤੋਂ 50 ਸਾਲ ਪਹਿਲਾਂ ਜੋ ਕੁਛ ਹੋਇਆ ਉਹ ਮੈਂ ਨਹੀਂ ਹੋਣ ਦਿਆਂਗਾ, ਹੁਣ ਨਹੀਂ ਹੋਣ ਦਿਆਂਗਾ। ਦਫਾ ਹੋ ਜਾ, ਦਫਾ ਹੋ ਜਾ। ਠੀਕ ਹੋ ਪੁੱਤ, ਇੱਧਰ ਪਿਓ ਗਲ ਤਾਂ ਤੂੰ ਤੂੰ ਵੀ ਠੀਕ ਨਹੀਂ। ਇਹਦੇ ਨਾਲ ਪਿਆਰ ਕਰੀਏ, ਉਹਦੇ ਨਾਲ ਝੂਠ ਨਹੀਂ ਬੋਲੀ ਦਾ। ਜਾ ਜਾਗਰ ਨੂੰ ਸੱਚ ਸੱਚ ਦੱਸ ਗਿਆ, ਸੱਚ ਸੱਚ ਦੱਸ ਗਿਆ। ਮੈਂ ਤੇਰੀ ਗੱਲ ਸੁਣਦਾ ਵੀ ਸੀ, ਸੋਚਦਾ ਵੀ ਸੀ, ਪਰ ਬੋਲ ਨਹੀਂ ਸੀ ਸਕਦਾ। ਸੱਚ ਸੱਚ ਦੱਸ ਗਿਆ, ਝੂਠ ਨਹੀਂ ਬੋਲੀ ਦਾ, ਝੂਠ ਨਹੀਂ ਬੋਲੀ ਦਾ ਪੁੱਤ, ਝੂਠ ਨਹੀਂ ਬੋਲੀ ਦਾ। So, everything you've told me has been a lie, right? Yes, you're right, Bari. Meg, middle-class family toh haan. 500 truck ta dur di gal hai. Saade kol ta kahin Bari, scooter che 2 liter petrol pwaan de paise vi nahi hunde. Mere daddy, bank che ek mamooli je karmchari ne. And I don't want to move forward this rishta with chhoot. Tu sahi kya si, Bari? Teri te meri jodi, is janam che nahi ban sakti. Thank you.
ਦਾਦਾ ਜੀ ਜਾਗਦੇ ਹੋ? ਤੁਹਾਡੇ ਲਈ ਦੁੱਧ ਲੈ ਕੇ ਆਇਆ ਸੀ। ਜਵਾਬ ਤੁਹਾਨੂੰ ਕਿਵੇਂ ਪਤਾ ਲੱਗਾ? ਤੇਰੇ ਕਦਮਾਂ ਦੀ ਆਹਟ ਨੇ ਸਾਰਾ ਕੁਝ ਦੱਸ ਦਿੱਤਾ। ਚੱਲ ਤੈਨੂੰ ਮੈਂ ਕਹਾਣੀ ਸੁਣਾਉਣਾ, ਸ਼ਾਇਦ ਕਹਾਣੀ ਸੁਣ ਕੇ ਤੇਰੇ ਚਿਹਰੇ ਤੇ ਰੌਣਕ ਆ ਜਾ। ਇਹ ਕਹਾਣੀ ਉਸ ਜ਼ਮਾਨੇ ਦੀ ਹੈ ਪੁੱਤਰ। ਮੋੜ ਕੇ ਤੂੰ ਮੁਖ ਹਾਂ ਦਿੱਤੇ ਜਨਮਾ ਆਪਣੀ ਜਗ੍ਹਾ ਠੀਕ ਮੈਂ ਆਪਣੀ ਜਗ੍ਹਾ ਠੀਕ ਹਾਂ 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 ਰੁੱਤ ਪੱਤ ਝੜ ਲੱਗਦੀ ਬਹਾਰ ਦੀ ਤੂੰ ਜੁਦਾਈ ਦਾਨੇ ਦਾਨੇ ਰਾਣੋ ਭੈਣ ਦਾ ਰਿਸ਼ਤਾ ਟੁੱਟ ਗਿਆ। ਹਾਂ ਤੇਰੀ ਮੇਰੀ ਜੋੜੀ ਮਾਮਿਆ ਬੜਾ ਚੌੜਾ ਹੋ ਕੇ ਕਹਿੰਦਾ ਫਿਰਦਾ ਸੀ ਕਿ ਪਾਲੇ ਦਾ ਕਰਾਇਆ ਰਿਸ਼ਤਾ ਕਦੇ ਟੁੱਟਦਾ ਨਹੀਂ, ਫਿਰ ਮੇਰੀ ਭੈਣ ਦਾ ਰਿਸ਼ਤਾ ਕਿਵੇਂ ਟੁੱਟ ਗਿਆ? ਦੇ ਜਵਾਬ, ਨਹੀਂ ਤੇਰੀ ਧੌਣ ਤੇਰੇ ਸਰੀਰ ਨਾਲ ਲੱਗ ਕਰ ਦੂੰ। ਬੋਲ ਮਿਲ ਗਿਆ ਜਵਾਬ ਕਿ ਹੋਰ ਚਾਹੀਦਾ? ਪਰ ਤੈਨੂੰ ਆਪਣੇ ਮਾਮੇ ਤੇ ਹੱਥ ਚੁੱਕਦਿਆਂ ਸ਼ਰਮ ਨਹੀਂ ਆਉਂਦੀ? ਜੇ ਰਾਣੋ ਦਾ ਰਿਸ਼ਤਾ ਟੁੱਟਿਆ ਤਾਂ ਉਹਦਾ ਜ਼ਿੰਮੇਦਾਰ ਸਿਰਫ ਤੂੰ ਹੈ, ਸਿਰਫ ਤੂੰ। ਇੱਕ ਵਕਤ ਹੁੰਦਾ ਸੀ ਨਾਲ ਦੇ ਪੰਜਾਬ ਪਿੰਡਾਂ ਵਿੱਚ
ਹਵੇਲੀ ਵਾਲਿਆਂ ਨੂੰ ਉਹਨਾਂ ਦੇ ਨਾਮ ਉਹਨਾਂ ਦੀ ਸ਼ਰਤ ਤੇ ਦੌਲਤ ਦੇ ਨਾਲ ਜਾਣਿਆ ਜਾਂਦਾ ਸੀ ਤੇ ਤੂੰ ਸਾਡੀ ਮਿਹਨਤ ਦੀ ਕਮਾਈ ਨੂੰ ਆਪਣੀ ਗੰਦੀ ਸ਼ਰਾਬ ਦੇ ਵਿੱਚ ਘੋਲ ਕੇ ਪੀ ਗਿਆ। ਇਸ ਗੱਲ ਦੀ ਪਣਖ ਰਾਣੋ ਦੇ ਸਹੁਰਿਆਂ ਦੇ ਘਰ ਵੀ ਪਈ ਹੈ। ਆ ਦੇਖ, ਸਾਡਾ ਦਿੱਤਾ ਹੋਇਆ ਰਾਣੋ ਦੇ ਰੁਕੇ ਦਾ ਸਮਾਨ ਉਹਨਾਂ ਨੇ ਵਾਪਸ ਕਰ ਦਿੱਤਾ ਤੇ ਇਹ ਵੀ ਕਿਹਾ ਕਿ ਹੁਣ ਉਹ ਰਿਸ਼ਤਾ ਨਹੀਂ ਕਰਨਗੇ। ਸੱਚ ਪੁੱਛੇ ਨਾ ਤਾਂ ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਤੇਰੇ ਵਰਗੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਹੁਣ ਖੜਾ ਸੋਚਦਾ ਕੀ ਹੈ? ਜਾਣਾ ਜਾਵਾਂ ਕਿ ਨਾ? ਉੱਠ ਖੜਾ ਹੋ। ਆ ਦੇਖ, ਰਾਣੋ ਦੇ ਰੋਕੇ ਦਾ ਸਮਾਨ ਜਾ ਕੇ ਇਹਨੂੰ ਵੀ ਬਾਜ਼ਾਰ ਚ ਵੇਚਿਆ ਤਾਂ ਕਿ ਕੁਝ ਦਿਨ ਤੇਰੀ ਦਾਰੂ ਦਾ ਇੰਤਜ਼ਾਮ ਹੋ ਸਕੇ। ਜਾ ਕੇ ਵੇਚਿਆ ਜਾ, ਚਲਾ ਜਾ ਚਲਾ ਜਾ, ਨੀ ਮੈਂ ਤੈਨੂੰ ਮਰਦੇ ਰੱਖਾ, ਦਫਾ ਹੋ ਜਾ। ਧਰਮ ਨਾਲ ਪਾਲਿਆ, ਜੇ ਅੱਜ ਹਾਕਮ ਸਿੰਘ 2 ਮਿੰਟ ਲੇਟ ਹੋ ਜਾਂਦਾ ਨਾ, ਮੇਰੀ ਧੌਣ ਉਹ ਮੰਜੇ ਦੇ ਪਾਵੇ ਕੋਲ ਹੋਣੀ ਸੀ। ਤੁਹਾਨੂੰ ਨਹੀਂ ਲੱਗਦਾ ਕੱਲ ਰਾਤ ਤੁਸੀਂ ਦਾਨੀ ਤੇ ਕੁਝ ਜ਼ਿਆਦਾ ਹੀ ਗੁੱਸਾ ਕਰ ਲਿਆ? ਪਿਓ ਆ ਮੈਂ, ਉਹਦਾ ਪਿਆਰ ਵੀ ਉਹਨਾਂ ਹੀ ਕਰਦਾ, ਕੀ ਹੋਇਆ ਜੇ ਗੁੱਸਾ ਕਰ ਲਿਆ? ਹੈਂ ਬਾਪੂ ਜੀ, ਆ ਵੇਖੋ ਕੀ ਹੋ ਗਿਆ। ਕੀ ਹੋ ਗਿਆ? ਸਵੇਰੇ ਸਵੇਰੇ ਸੰਗ ਪਾੜਿਆ ਬੇਬੇ। ਓ ਵੀਰਾ, ਕੀ ਹੋਇਆ ਵੀਰੇ ਨੂੰ? ਓ ਕਮਰੇ ਚ ਨਹੀਂ ਹੈਗਾ, ਮੈਨੂੰ ਲੱਗਦਾ ਓ ਘਰ ਛੱਡ ਕੇ ਚਲਾ ਗਿਆ। ਮੈਂ ਲੁੱਟੀ ਗਈ, ਮਾਰੀ ਗਈ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਹਾਕਮ ਸਿਓ, ਜਵਾਨ ਮੁੰਡੇ ਤੇ ਹੱਥ ਨਹੀਂ ਚੁੱਕੀ ਦਾ, ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ। ਕੀ ਹੋ ਗਿਆ, ਕਿਉਂ ਰੌਲਾ ਪਾਇਆ? ਉਹ ਮੇਰਾ ਦਾਨੀ ਘਰ ਛੱਡ ਕੇ ਚਲਾ ਗਿਆ। ਹਾਏ ਵੇ, ਉਹ ਤੁਸੀਂ ਖੜੇ ਖੜੇ ਮੇਰਾ ਮੂੰਹ ਕੀ ਵੇਖ ਰਹੇ ਹੋ? ਜਾਓ ਜਾ ਕੇ ਉਹਨੂੰ ਲੱਭੋ, ਕਿਤੇ ਨਹਿਰ ਨੂਰ ਵਿੱਚ ਛਾਲ ਹੀ ਨਾ ਮਾਰ ਦੇਵੇ। ਇਹਨੂੰ ਕੀ ਹੋਇਆ? ਹੇ
ਨਾ ਮਾਮਾ ਜੀ, ਅਸੀਂ ਸਾਰੇ ਇੱਥੇ ਪਰੇਸ਼ਾਨ ਖੜੇ ਹਾਂ। ਇੱਕ ਤਾਂ ਦਾਨੀ ਘਰੇ ਨਹੀਂ ਹੈਗਾ ਤੇ ਉੱਤੋਂ ਤੁਹਾਨੂੰ ਹਾਸਾ ਚੜ ਰਿਹਾ। ਹਾਸਾ ਨਾ ਤਾਂ ਹੋਰ ਕੀ ਕਰਾਂ, ਜੇ ਦਾਨੀ ਇੱਥੇ ਨਹੀਂ ਹੈਗਾ ਤਾਂ ਸਮਾਨ ਕਿਹੜਾ ਹੈਗਾ? ਉਹ ਦੇਖੋ ਸਾਹਮਣੇ, ਆ ਵੇਖ ਲੈ ਬਸੰਤ ਕੌਰ, ਵੇਖ ਲੈ ਆਪਣੀ ਅੱਖਾਂ ਨਾਲ ਆਪਣੇ ਪੁੱਤਰ ਦੀ ਕਰਤੂਤ ਨੂੰ। ਮੈਂ ਤਾਂ ਰਾਤ ਵੈਸੇ ਹੀ ਗੁੱਸੇ 'ਚ ਕਹਿਤਾ ਸੀ ਕਿ ਮੇਰੇ ਪਤੰਦਰ ਦਾ ਸੱਚੀ ਮੁੱਚੀ ਸਮਾਨ ਵੇਚਣ ਚਲਾ ਗਿਆ। ਦਾਨੀ ਯਾਰ, ਦੱਸ ਤਾਂ ਦੇ ਆਪਾਂ ਕਿੱਥੇ ਜਾ ਰਹੇ ਹਾਂ। ਇੱਕ ਤਾਂ ਸਵੇਰੇ ਸਵੇਰੇ ਕੰਮ ਦੇ ਟਾਈਮ ਤੂੰ ਮੈਨੂੰ ਚੱਕ ਲਿਆ, ਉੱਪਰ ਦੀ ਹੁਣ ਬੋਲਦਾ ਵੀ ਨਹੀਂ। ਦੱਸ ਤਾਂ ਦੇ ਲੈ ਕੇ ਕਿੱਥੇ ਚੱਲੇ ਹਾਂ। ਜਦੋਂ ਇੱਕ ਵਾਰੀ ਤੇਰੇ ਪਿਓ ਨੂੰ ਰਿਸ਼ਤੇ ਲਈ ਨਾ ਕਰ ਆਇਆ, ਤੇਰੇ ਸ਼ਗਨ ਦਾ ਸਮਾਨ ਇੱਥੇ ਵਾਪਸ ਲਿਆਉਣ ਦਾ ਕੀ ਮਤਲਬ ਹੈ? ਦੇਖੋ ਜੀ, ਮੈਂ ਮੰਨਦਾ ਕਿ ਸਾਡੇ ਹੁਣ ਹਾਲਾਤ ਪਹਿਲਾਂ ਵਾਂਗ ਨਹੀਂ ਰਹੇ, ਪਰ ਮੇਰੀ ਭੈਣ ਰਾਣੂ ਦਾ ਕੀ ਕਸੂਰ? ਰੱਬ ਦਾ ਵਾਸਤਾ, ਤੁਸੀਂ ਇਹ ਰਿਸ਼ਤਾ ਨਾ ਤੋੜੋ ਤੇ ਸ਼ਗਨ ਦਾ ਸਮਾਨ ਵਾਪਸ ਰੱਖ ਲਓ। ਓ ਜਿਹੜਾ ਵਿਆਹ ਹੁੰਦਾ ਨਾ, ਇਕੱਲੇ ਕੁੜੀ ਮੁੰਡੇ ਦਾ ਨਹੀਂ ਹੁੰਦਾ, ਸਾਰੀ ਬਰਾਦਰੀ ਨੂੰ ਨਾਲ ਲੈ ਕੇ ਹੁੰਦਾ। ਮੰਨ ਲਾ ਅਸੀਂ ਆਪਣੇ ਮੁੰਡੇ ਦਾ ਵਿਆਹ ਤੇਰੀ ਭੈਣ ਨਾਲ ਕਰ ਵੀ ਦਿੰਦੇ ਹਾਂ, ਤੁਹਾਡੇ ਪੱਲੇ ਹੈ ਕੀ ਆ? ਲੈਣ ਦੇਣ ਕਿਵੇਂ ਕਰੋਗੇ? ਮਿਲਣੀ ਦੇ ਕੰਬਲ ਗੁਰਦੁਆਰੇ ਤੋਂ ਲਿਆ ਕੇ ਪਾਓਗੇ ਜਾਂ ਪਿੰਡ ਵਾਲਿਆਂ ਤੋਂ ਭੀਖ ਮੰਗ ਕੇ? ਪਤਾ ਨੀ ਤੂੰ ਚੁੱਪ ਜਾ ਕਾਹਤੋਂ ਖੜਾ, ਸੱਚੋ ਸੱਚ ਦੱਸ ਤੇ ਕੰਮ ਨਿਬੇੜਾ। ਓਏ ਕੀ ਸੱਚ ਦੱਸ? ਮੈਂ ਦੱਸਦਾ। ਦੇਖੋ ਜੀ, ਗੱਲ ਇੱਦਾਂ, ਇਹ ਕੋਈ ਛੋਟੇ ਮੋਟੇ ਘਰੋਂ ਨਹੀਂ ਹੈਗਾ, ਇਹਨਾਂ ਦੇ ਖੇਤਾਂ ਵਿੱਚ ਲੱਖਾਂ ਰੁਪਏ ਦਾ ਦੱਬਿਆ ਪਿਆ ਖਜ਼ਾਨਾ ਹੈ। ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਹਾਂ। ਓਏ ਕਿਹੜਾ ਖਜ਼ਾਨਾ? ਓਏ ਹਾਂ ਹਾਂ, ਉਹੀ ਉਹੀ ਦੱਸ ਰਿਹਾ, ਦੱਬਿਆ ਪਿਆ ਖਜ਼ਾਨੀ ਕਹਿੰਦਾ ਜੀ। ਪਰ ਅਸੀਂ ਕਿੱਦਾਂ ਮੰਨ ਲਈਏ? ਹੋ ਸਕਦਾ ਇਹ ਕੋਈ ਤੁਹਾਡੀ ਚਾਲ ਹੋਵੇ। ਹਾਂ ਨਾ, ਮੈਨੂੰ ਇੱਕ ਗੱਲ ਦੱਸੋ, ਆ ਤੁਹਾਨੂੰ ਝੂਠ ਬੋਲ ਕੇ ਸਾਨੂੰ ਕੀ ਫਾਇਦਾ ਹੈ? ਹਾਂ, ਜੇ ਤੁਹਾਡੇ ਕਹੇ ਮੁਤਾਬਕ ਤੁਹਾਡੀਆਂ ਸ਼ਰਤਾਂ ਨਾ ਪੂਰੀਆਂ ਕਰੀਆਂ ਤਾਂ ਤੁਸੀਂ ਸਾਡਾ ਸਮਾਨ ਵਾਪਸ ਕਰ ਦਿਓ। ਆ ਪਿਆ 2 ਕਿਲੋਮੀਟਰ ਦੇ ਸਾਡਾ ਪਿੰਡ, ਕਿ ਨਹੀਂ ਬੇਬੇ? ਸ਼ਕਲੋਂ ਤਾਂ ਬੜਾ ਟੇਢਾ ਲੱਗਦਾ, ਪਰ ਗੱਲ ਤੂੰ ਬੜੀ ਸਹੀ ਕੀਤੀ ਹੈ। ਕੀ ਗੱਲ ਪੰਮਿਆਂ, ਕਿਹੜੀਆਂ ਸੋਚਾਂ 'ਚ ਪਿਆ? ਕਹੀ ਤੇਰੇ ਹੱਥ 'ਚ, ਚੱਲ ਹੋ ਜਾ ਸ਼ੁਰੂ, ਨਾਲੇ ਸਾਨੂੰ ਵੀ ਤਾਂ ਪਤਾ ਚੱਲੇ ਆਖਿਰ ਸਾਡੇ ਖੇਤਾਂ 'ਚ ਦੱਬਿਆ ਖਜ਼ਾਨਾ ਪਿਆ ਕਿੰਨਾ। ਉਹ ਮੈਂ ਤਾਂ ਮਜ਼ਾਕ ਕਰਦਾ ਸੀ ਵੀਰੇ, ਉਹ ਸਾਲੇ ਸੀਰੀਅਸ ਲੈ ਗਏ,
ਤੇ ਤੂੰ ਉਹਨਾਂ ਤੋਂ ਵੱਧ ਸੀਰੀਅਸ ਲਈ ਫਿਰਦਾ। ਮਜ਼ਾਕ? ਪਰ ਤੇਰੇ ਇਸ ਮਜ਼ਾਕ ਨੇ ਮੈਨੂੰ ਤਾਂ ਮੁਸੀਬਤ ਚ ਪਾਤਾ ਨਾ। ਤੂੰ ਜਾਣਦਾ ਯਾਰ, ਮੇਰੇ ਬਾਪੂ ਤਾਂ ਮੈਨੂੰ ਪਹਿਲਾਂ ਹੀ ਗਲਤ ਸਮਝਦਾ, ਤੇ ਹੁਣ ਜੇ ਉਹਨੂੰ ਦੱਬੇ ਕਸ਼ਾਨੇ ਬਾਰੇ ਪਤਾ ਲੱਗੂ ਤਾਂ ਸੋਚ ਕੀ ਹੋ। ਦੇਖਦਾ ਨਹੀਂ, ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਆ, ਪਰ ਤੂੰ ਰਾਣੋ ਭੈਣ ਬਾਰੇ ਵੀ ਸੋਚ ਕੁਝ। ਉਹ ਕੱਲੀ ਤੇਰੀ ਨਹੀਂ, ਮੇਰੀ ਵੀ ਭੈਣ ਆ ਨਾ। ਤੈਨੂੰ ਉਹਨਾਂ ਲਾਲਚਿਆਂ ਦੀਆਂ ਸ਼ਕਲਾਂ ਦੇਖ ਕੇ ਲੱਗਦਾ ਸੀ ਕਿ ਰਾਣੋ ਭੈਣ ਦੇ ਰਿਸ਼ਤੇ ਨੂੰ ਉਹਨੇ ਛੇਤੀ ਹਾਂ ਕਰ ਦਿੰਦੇ। ਦੇਖ, ਉਸ ਟਾਈਮ ਜੋ ਮੈਨੂੰ ਠੀਕ ਲੱਗਿਆ ਮੈਂ ਕਰਤਾ। ਉਹ ਤਾਂ ਠੀਕ ਹੈ ਯਾਰ, ਪਰ ਹੁਣ ਆਪਾਂ ਦੱਬਿਆ ਖਜ਼ਾਨਾ ਲੈ ਕੇ ਕਿੱਥੋਂ ਆਵਾਂਗੇ? ਪੱਲੇ ਤੱਕ ਚਵਾਨੀ ਨਹੀਂ। ਜ਼ਿਮੀਂਦਾਰਾਂ ਦਾ ਮੁੰਡਾ, ਜੇ ਭੈਣ ਦੇ ਰਿਸ਼ਤੇ ਖਾਤਰ 2-4 ਕਿੱਲੇ ਵੇਚਣੇ ਵੀ ਪੈ ਗਏ, ਵੇਚ ਦਾਂਗੇ, ਕਿੱਡੀ ਗੱਲ ਆ। ਨਾਲੇ ਫਿਰ ਵੀ ਜੇ ਕੋਈ ਗੱਲ ਨਾ ਬਣੀ, ਸ਼ਾਹੂਕਾਰ ਕਦੋਂ ਕੰਮ ਆਊ? ਕਿਉਂ ਰੂਪਾਬੀ, ਪਲ ਗਿਆ? ਪਰ ਜਿੱਦਾਂ ਦੇ ਤੂੰ ਕੰਮ ਕੀਤੇ ਨੇ, ਦਿਲ ਕਰਦਾ ਤੈਨੂੰ ਇੱਥੇ ਹੀ ਕਰਦਿਆ। ਪਰ ਰੂਪ ਭਾਬੀ ਦਾ ਨਾਂ ਲੈ ਕੇ ਤੂੰ ਬਚ ਗਿਆ। ਹੁਣ ਮੈਂ ਚੱਲਿਆ ਉਹਨੂੰ ਮਿਲਣ, ਪਰ ਅੱਗੇ ਤੋਂ ਧਿਆਨ ਨਾ ਬੋਲੀ। ਰੂਪ ਭਾਬੀ ਵਾਲੀ ਤਾਂ ਤੂੰ ਵਧੀਆ ਸਕੀਮ ਲਾ ਗਿਆ, ਨਹੀਂ ਤਾਂ ਇਹਨੇ ਪਤੰਦਰ ਦੇ ਨੇ 3-4 ਵਾਰ ਖੇਤ ਪਟ। ਮੈਂ ਨਹੀਂ ਬੋਲਦੀ ਤੇਰੇ ਨਾਲ, ਤੂੰ ਅੱਜ ਫਿਰ ਲੇਟ ਆ। ਪਰ ਤੇਰੀ ਆਹ ਬਣਾਈ ਹੋਈ ਤਸਵੀਰ ਤਾਂ ਕੁਛ ਹੋਰ ਹੀ ਕਹਿ ਰਹੀ ਹੈ। ਇਹਨੂੰ ਦੇਖ ਕੇ ਤਾਂ ਐਂ ਲੱਗਦਾ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ। ਐ ਮੁੰਡਾ ਤੂੰ ਨਹੀਂ ਹੈ, ਐ ਤਾਂ ਮੇਰਾ ਦਾਨੀ ਆ, ਦਾਨੀ ਤੇ ਐ ਹੀ ਆ, ਇਹਨਾਂ ਦੇ ਕਦੇ ਨਾ ਟੁੱਟਣ ਵਾਲੀ ਜੋੜੀ। ਮਤਲਬ ਤੇਰੀ ਮੇਰੀ ਜੋੜੀ? ਤੇਰੀ ਮੇਰੀ ਨਹੀਂ, ਇਹਨਾਂ ਦੋਵਾਂ ਦੀ ਜੋੜੀ। ਸ਼ੁਕਰੀਆ ਰੱਬ ਦਾ। ਮੈਂ ਕਿਹਾ ਜੀ, ਦਾਨੀ ਨਾਲ ਜਿਹੜੀ ਵੀ ਗੱਲ ਕਰਨੀ ਹੈ ਸੋਚ ਸਮਝ ਕੇ ਠੰਡੇ ਦਿਮਾਗ ਨਾ ਕਰਿਓ। ਮਸਾ ਮਸਾ ਮੁੰਡਾ ਘਰ ਆਇਆ। ਆ ਗਿਆ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਦਿਸ ਨਹੀਂ ਰਿਹਾ, ਵੇਖ ਕਿਵੇਂ ਆਕੜ ਕੇ ਖੜਾ। ਮੈਂ ਤੈਨੂੰ ਪੁੱਛਦਾ, ਤੈਨੂੰ ਝੂਠ ਬੋਲਦਿਆਂ ਆਪਣੀ ਭੈਣ ਦਾ ਜਮਾਂ ਵੀ ਖਿਆਲ ਨਹੀਂ ਆਇਆ? ਕਿਹਨੂੰ ਪੁੱਛ ਕੇ ਤੂੰ ਆਪਣੀ ਭੈਣ ਦੇ ਸਹੁਰੇ ਗਿਆ ਸੀ? ਕਿਹਨੂੰ ਪੁੱਛ ਕੇ ਗਿਆ ਸੀ? ਜਵਾਬ ਕਿਉਂ ਨਹੀਂ ਦਿੰਦਾ? ਮੈਂ ਤੈਨੂੰ ਬਸ ਪੱਪੂ ਜੀ ਬਸ, ਦੁਬਾਰਾ ਇਹ ਗਲਤੀ ਨਾ ਕਰਿਓ। ਕੱਲ ਮੈਂ ਤੁਹਾਡਾ ਥੱਪੜ ਇਸ ਲਈ ਖਾ ਲਿਆ ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਗਲਤ ਹਾਂ, ਪਰ ਅੱਜ ਨਹੀਂ। ਅੱਜ ਮੈਂ ਬਦਲ ਚੁੱਕਿਆ ਹਾਂ ਬਾਪੂ ਜੀ, ਤੇ ਤੁਸੀਂ ਮੇਰਾ ਸਾਥ ਦੇਣ ਦੀ ਬਜਾਏ ਉਲਟਾ ਮੈਨੂੰ ਹੀ ਮਾੜਾ ਚੰਗਾ ਆਖੀ ਜਾਂਦੇ ਹੋ। ਗੱਲ ਮੇਰੀ ਭੈਣ ਰਾਣੂ ਦੇ ਵਿਆਹ ਦੀ ਆ, ਤੇ ਹੁਣ ਮੈਂ ਵੇਖਦਾ ਕਿ ਮੇਰੇ ਹੁੰਦੇ ਉਸ ਦਾ ਵਿਆਹ ਕਿਵੇਂ ਨਹੀਂ ਹੁੰਦਾ। ਤੇ ਗੱਲ ਹੋਰ ਬਾਪੂ ਜੀ, ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਨਾ ਕਿ ਹਵੇਲੀ ਵਾਲਿਆਂ ਦਾ ਨਾਂ
ਉਹਨਾਂ ਦੀ ਦੌਲਤ ਸ਼ੋਹਰਤ ਤੇ ਮਨ ਕਰਕੇ ਜਾਣਾ ਜਾਂਦਾ ਸੀ। ਅੱਜ ਤੋਂ ਬਾਅਦ ਇੱਕ ਨਾਮ ਹੋਰ ਜੋੜ ਲਿਓ, ਪਰ ਜੋ ਵੀ ਹੈ ਹਾਕਮ ਸਿੰਘ ਜੀ, ਮੁੰਡਾ ਗੱਲ ਬੜੀ ਡੂੰਘੀ ਕਰਕੇ ਗਿਆ। ਰਾਣਾ। ਹਾਂਜੀ ਬੇਬੇ। ਆ ਦਾਨੀ ਨੂੰ ਚਾਹ ਦਾ ਗਲਾਸ ਦਿਆ। ਹਾਂਜੀ ਆਈ ਲਿਆ, ਬਣ ਗਈ। ਆ ਲੈ ਪੁੱਤ, ਧਿਆਨ ਨਾ ਤੱਤੀ ਆ। ਹਾਂਜੀ ਹਾਂਜੀ। ਰਾਣਾ ਪੁੱਤਰ। ਹਾਂਜੀ ਬਾਪੂ ਜੀ। ਦਾਨੀ ਨੂੰ ਚਾਹ ਮੈਂ ਦੇ ਕੇ ਆਉਣਾ। ਤੁਸੀਂ ਚਾਹ? ਬੇਬੇ ਬੇਬੇ ਬੇਬੇ, ਪਤਾ ਕੀ ਹੋਇਆ? ਬਾਪੂ ਜੀ ਨਾ ਵੀਰੇ ਲਈ ਚਾਹ ਲੈ ਕੇ ਗਏ ਨੇ। ਹਾਂ, ਸੁਲਾ ਸਫਾਈ ਹੋ ਗਈ। ਬਾਪੂ ਜੀ, ਅੱਜ ਤੁਸੀਂ ਮੈਨੂੰ ਮੇਲਾ ਦਿਖਾਣੇ ਲੈ ਕੇ ਜਾਓਗੇ ਨਾ? ਬਾਪੂ ਜੀ, ਬਾਪੂ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਮੈਂ ਤੁਹਾਨੂੰ ਬਹੁਤ 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 ਪਿਆਰ ਕਰਦਾ। ਬਾਪੂ ਜੀ ਤੁਸੀਂ ਇੱਥੇ? ਓਮ, ਮੈਂ ਤੇਰੇ ਲਈ ਚਾਹ ਲਿਆਇਆ ਸੀ, ਪੀ ਲਈ।
ਚੰਗਾ ਮੈਂ ਚੱਲਦਾ। ਮਸਾਂ ਮਸਾਂ ਦਾ ਬਾਪੂ ਜੀ ਆਏ ਹੋ, ਤੈਨੀ ਜਲਦੀ ਚਾਹ ਵੀ ਰਹੇ। ਮੈਨੂੰ ਮਾਫ ਕਰੀ ਪੁੱਤਰਾ, ਮੈਂ ਤੈਨੂੰ ਸਮਝ ਨਹੀਂ ਸਕਿਆ। ਇਸ ਕਸੂਰ ਤੁਹਾਡਾ ਨਹੀਂ ਸੀ ਬਾਪੂ ਜੀ, ਸ਼ਰਾਬ ਚੰਦਰੀ ਚੀਜ਼ ਹੀ ਐਸੀ ਆ ਜਿਸ ਘਰ ਦਾ ਵੀ ਬੂਹਾ ਖੜਕਾਉਂਦੀ ਆ, ਉਸਦੀਆਂ ਨੀਹਾਂ ਤੱਕ ਲਾ ਕੇ ਰੱਖ ਦਿੰਦੀ ਆ। ਮੈਂ ਗਲਤ ਸੀ ਬਾਪੂ ਜੀ, ਬਸ ਕਰ, ਮੈਂ ਗਲਤ ਸੀ। ਪਰ ਹੁਣ ਤੁਸੀਂ ਰਾਣਾ ਦੇ ਵਿਆਹ ਦੀ ਚਿੰਤਾ ਨਾ ਕਰਿਓ, ਮੈਂ ਸਭ ਠੀਕ ਕਰ ਦਿਆਂਗਾ ਬਾਪੂ ਜੀ। ਬੜਾ ਮਾਣ, ਮੈਂ ਕਿਹਾ ਰਾਣੋ ਦੇ ਵਿਆਹ ਦੀ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਮੈਂ ਸਾਰਾ ਇੰਤਜ਼ਾਮ ਕਰਕੇ ਆਇਆ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਜੇ ਗੱਲ ਮੇਰੀ ਭੈਣ ਰਾਣੋ ਦੀ ਆ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ, ਤੁਸੀਂ ਬੜੇ ਹੋ, ਜੋ ਵੀ ਫੈਸਲਾ ਕਰੋਗੇ ਸਿਰ ਮੱਥੇ। ਲਓ ਜੀ ਹਾਕਮ ਸਿੰਘ ਜੀ, ਤੁਸੀਂ ਕਰੋ ਸ਼ਾਹੂਕਾਰ ਨਾਲ ਦਾਨੀ ਦੇ ਵਿਆਹ ਦੀ ਗੱਲ, ਮੁੰਡਾ ਆਪਣਾ ਮੰਨ ਗਿਆ। ਜਿਉਂਦਾ ਵਸਦਾ ਰਹਿ। ਦਾਨੀ ਨੂੰ ਲੱਗ ਰਿਹਾ ਸੀ ਕਿ ਰੂਪ ਦਾ ਵਿਆਹ ਉਸ ਦੇ ਨਾਲ ਕੀਤਾ ਜਾ ਰਿਹਾ ਹੈ, ਪਰ ਪਾਲੇ ਮਾਮੇ ਦੇ ਦਿਮਾਗ 'ਚ ਕੁਛ ਹੋਰ ਹੀ ਸਕੀਮ ਚੱਲ ਰਹੀ ਸੀ। ਕੋਈ ਨਹੀਂ ਸੀ ਜਾਣਦਾ ਕਿ ਆਖਿਰ ਪਾਲਾ ਮਾਮਾ ਕਰਨਾ ਕੀ ਚਾਹੁੰਦਾ ਸੀ। ਕਹਾਣੀ ਤਾਂ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਹੈ, ਫਿਰ ਅੱਗੇ ਕੀ ਹੈ ਬਾਪੂ ਜੀ, ਦੱਸੋ ਨਾ ਬਾਪੂ ਜੀ ਅੱਗੇ ਕੀ ਹੈ। ਬਾਪੂ ਜੀ ਅੱਗੇ ਕੀ ਹੋਇਆ। ਬਾਪੂ ਏ ਬਾਪੂ ਜੀ, ਤੁਸੀਂ ਇੰਜ ਨਹੀਂ ਜਾ ਸਕਦੇ। ਉਹ ਬਾਪੂ ਜੀ ਕੀ ਕਰਤਾ, ਬਾਪੂ ਜੀ ਕਿਉਂ ਤੁਸੀਂ ਚਲੇ ਗਏ, ਸਾਡੀ ਤਾਂ ਕਹਾਣੀ ਵੀ ਅੱਧ ਵਿੱਚ ਕਾਰ ਰਹਿ ਗਈ ਹੈ। ਬਾਪੂ ਜੀ ਕਹਾਣੀ ਤਾਂ ਪੂਰੀ ਕਰ ਜਾਂਦੇ। ਡੈਡੀ ਮੰਮੀ, ਉਹ ਬਾਪੂ ਚਲ ਗਿਆ, ਓਏ ਚਲ ਗਿਆ ਬਾਪੂ। ਓਏ ਕੀ ਹੋ ਗਿਆ ਤੈਨੂੰ? ਓਏ ਬਾਪੂ ਚਲ ਗਿਆ, ਅੱਧੀ ਰਾਤ ਨੂੰ ਰੌਲਾ ਤਾਂ ਤੂੰ ਇੱਦਾਂ ਪਾਇਆ ਹੈ ਜਿਵੇਂ ਕਿਸੇ ਦਾ ਮਰਡਰ ਕਰਤਾ ਹੋਵੇ। ਸੌ ਲੱਗੇ ਬਾਪੂ, ਮੈਂ ਕੁਛ ਨਹੀਂ ਕੀਤਾ, ਮੈਂ ਕੁਛ ਨਹੀਂ ਕੀਤਾ ਬਾਪੂ। ਓਏ ਓਏ, ਮੈਨੂੰ ਤਾਂ ਲੱਗਦਾ ਇਹਨੇ ਬਾਪੂ ਜੀ ਨੂੰ ਜ਼ਹਿਰ ਦੇ ਕੇ ਦੁੱਧ ਚ ਮਾਰਤਾ। ਕੀ ਕਹਿ ਰਹੇ ਹੋ? ਮੈਂ ਕੋ ਕਰਾਂਗਾ ਏਦਾਂ, ਮੈਂ ਕੋ ਮਾਰਾਂਗਾ ਬਾਪੂ ਜੀ ਨੂੰ? ਉਹ ਤਾਂ ਚੰਗੇ ਭਲੇ ਕਹਾਣੀ ਸੁਣਾਉਂਦੇ ਸੀ, ਪਤਾ ਨਹੀਂ ਕਦੋਂ ਸਾਇਲੈਂਸ ਮੋਡ ਤੇ ਚਲ ਗਏ। ਦਾਦਾ ਜੀ ਤੁਸੀਂ ਕਿੱਥੇ ਚਲੇ ਗਏ? ਦਾਦਾ ਜੀ ਤੁਸੀਂ ਵਾਪਸ ਆ ਜਾਓ ਪਲੀਜ਼। ਓਏ ਕਿੰਨਾ ਮਜ਼ਾ ਆਉਂਦਾ ਸੀ ਉਹ ਜਦੋਂ ਥਪੇੜਾ ਮਾਰ ਕੇ ਤੁਸੀਂ ਮੈਨੂੰ ਕੁੱਤੇ ਵਾਂਗੂ ਕਮਰੇ ਚੋਂ ਬਾਹਰ ਸੁੱਟ ਦਿੰਦੇ ਸੀ। ਓਏ
ਆ ਕੀ ਕੀਤਾ ਤੂੰ? ਮੈਂ ਚੰਗਾ ਭਲਾ ਬਾਪੂ ਦਾ ਰਿੰਗਰ ਆਨ ਹੋਇਆ ਸੀ, ਤੂੰ ਫੇਰ ਮਿਊਟ ਲਾਤਾ ਹੈ? ਨਹੀਂ ਯਾਰ, ਮੈਂ ਕੁਝ ਨਹੀਂ ਕੀਤਾ ਮੰਮੇ। ਨਾ ਪੁੱਤ, ਤੂੰ ਮਨ ਹੌਲਾ ਨਾ ਕਰ, ਤੂੰ ਐਂ ਕਰ, ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਕਿ ਵਿਆਹ ਤੇ ਪਾਉਣ ਵਾਲੇ ਜਿਹੜੇ ਕੱਪੜੇ ਸੀ ਨਾ ਰੰਗ ਬਿਰੰਗੇ, ਉਹਨਾਂ ਨੂੰ ਕੈਂਸਲ ਕਰ ਦਿਓ, ਚਿੱਟੇ ਸਵਾ ਲਓ। ਮੈਂ ਕਿਹਾ ਜੀ ਆਪਾਂ ਬਾਪੂ ਜੀ ਦੇ ਸੰਸਕਾਰ ਦੀ ਤਿਆਰੀ ਕਰੀਏ। ਆ ਜਬਰ ਦੋ ਕੜੀ ਮੇਰੀ ਅੱਖ ਕੀ ਲੱਗ ਗਈ, ਤੁਸੀਂ ਮੈਨੂੰ ਉੱਪਰ ਭੇਜਣ ਦਾ ਇੰਤਜ਼ਾਮ ਕਰ ਲਿਆ। ਫਿਕਰ ਨਾ ਕਰੋ, ਮਜਨੂੰ ਦਾ ਵਿਆਹ ਦੇਖਣ ਤੋਂ ਪਹਿਲਾਂ ਮੈਂ ਕਿਤੇ ਨਹੀਂ ਚੱਲਿਆ। ਦਵਾ ਜਾ ਚੱਲ। ਅਸੀਂ ਕਿਹੜਾ ਤੁਹਾਨੂੰ ਗੁੱਡ ਨਾਈਟ ਕਰਨ ਆਏ ਸੀ? ਅਸੀਂ ਤਾਂ ਸੋਚਿਆ ਤੁਹਾਡੀ ਪੱਕੀ ਗੁੱਡ ਬਾਏ ਹੋ ਗਈ। ਪਾਲੇ ਮਾਮੇ ਨੇ ਨਜਾਇਜ਼ ਫਾਇਦਾ ਚੁੱਕਿਆ, ਉਹਦੇ ਇੰਤਜ਼ਾਮ ਦਾ ਸਾਨੂੰ ਬਾਅਦ ਚ ਪਤਾ ਚੱਲਿਆ। ਕੀ ਕਰਨਾ ਚਾਹੁੰਦਾ ਸੀ? ਕਹਾਣੀ ਆਪਣੇ ਅਗਲੇ ਕਿਰਦਾਰਾਂ ਵੱਲ ਵੱਧਦੀ ਹੋਈ। ਜਿਉਣਾ, ਜਿਹਦੀ ਇਜਾਜ਼ਤ ਤੋਂ ਬਿਨਾਂ ਇੱਥੇ ਪੱਤਾ ਤੱਕ ਨਹੀਂ ਹਿਲ ਸਕਦਾ। ਅੱਜ ਕਮਿਸ਼ਨਰ ਨੂੰ ਜੁਗਨੀ ਦੀ ਖਬਰ ਦੇ ਕੇ ਜਿਉਣੇ ਦੇ ਸਾਥੀ ਨੇ ਗੱਦਾਰੀ ਕੀਤੀ ਹੈ ਤੇ ਜਿਉਣੇ ਲਈ ਗੱਦਾਰੀ ਦੀ ਸਿਰਫ ਇੱਕੋ ਹੀ ਸਜ਼ਾ ਹੈ ਤੇ ਉਹ ਹੈ ਮੌਤ। ਇੰਸਪੈਕਟਰਾ, ਜੇ ਤੂੰ ਗੋਲੀ ਮਾਰਨੀ ਹੁੰਦੀ ਤਾਂ ਕਦੋਂ ਦੀ ਗੋਲੀ ਮਾਰ ਦਿੰਦਾ ਅਤੇ ਇੱਥੇ ਖੜਾ ਧਮਕੀਆਂ ਨਾ ਦਿੰਦਾ? ਅਤੇ ਜੇ ਤੂੰ ਫਿਰ ਵੀ ਗੋਲੀ ਮਾਰਨੀ ਚਾਹੁੰਦਾ ਤਾਂ ਚਲਾ ਗੋਲੀ। ਬੱਲੇ ਓਏ ਪਾਲਿਆ, ਮੰਨ ਗਿਆ ਤੈਨੂੰ, ਫੋਟੋ 'ਚ ਮੁੰਡਾ ਜਮੇ ਜਿਉਣਾ ਮੋੜ ਲੱਗ ਰਿਹਾ। ਬਸ ਹੁਣ ਸਾਡੀ ਭੈਣ ਜੁਗਣੀ ਇਸ ਰਿਸ਼ਤੇ ਲਈ ਹਾਂ ਕਰਦੇ। ਠੀਕ ਹੈ ਫਿਰ, ਤੁਸੀਂ ਕੁੜੀ ਨੂੰ ਬੁਲਾ ਕੇ ਪੁੱਛ ਲਓ, ਜੇ ਉਹਨੂੰ ਮੁੰਡਾ ਪਸੰਦ ਹੈ ਫਿਰ ਮੈਂ ਪਿੰਨੀ ਖਾ ਲੂੰਗਾ। ਜੁਗਣੀ Woo!
ਕਿਹੜੀ ਖੁਸ਼ੀ ਚ ਪਿੰਨੀਆਂ ਖਾਧੀਆਂ ਜਾ ਰਹੀਆਂ ਨੇ? ਤੇ ਕੌਣ? ਮੈਂ ਪਾਲਾ ਜੀ, ਰਿਸ਼ਤੇ ਕਰਵਾਉਣਾ ਹੈ। ਜੁਗਨੀ, ਇਹ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ। ਨਾ ਵੀਰ ਜੀ, ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਹੈ ਕਿ ਮੈਂ ਹਲੇ ਵਿਆਹ ਵਿਹੂ ਨਹੀਂ ਕਰਾਉਣਾ। ਚੱਲ ਓਏ, ਤੁਰਦਾ ਵਾਣ ਇੱਥੋਂ। ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਆਪਣੀ ਭੈਣ ਨਾਲ ਵਿਆਹ ਨੂੰ ਲੈ ਕੇ ਜ਼ਬਰਦਸਤੀ ਨਹੀਂ ਕਰ ਸਕਦੇ। ਕਿਉਂ ਭੈਣੇ, ਮੈਂ ਠੀਕ ਆਖਿਆ ਨਾ? ਉਹ ਚੱਲ ਜਾ ਹੁਣ। ਚੱਲਦਾ ਮੈਂ ਫਿਰ। ਵੈਸੇ ਵੀਰ ਜੀ, ਮੁੰਡਾ ਇੰਨਾ ਵੀ ਮਾੜਾ ਨਹੀਂ। ਜੁਗਨੀ, ਸੱਚੀ? ਇਹ ਮੁੰਡਾ ਤੈਨੂੰ ਪਸੰਦ ਹੈ? ਉਹ ਪਾਲਿਆ, ਕੁੜੀ ਮੰਨ ਗਈ ਓਏ, ਰਿਸ਼ਤਾ ਪੱਕਾ। ਮਿਲਾ ਓਏ, ਹੱਥ ਕੀ ਮਿਲਾਉਣਾ ਹੈ, ਪਿੰਨੀ ਖਾਓ। ਆ ਲਓ ਜੀ, ਤੁਸੀਂ ਵੀ ਖਾਓ। ਕੋਈ ਨੀ, ਮੈਂ ਖਾ ਲੈਣਾ, ਮੈਂ ਦਿਨੇ ਜਾ ਕੇ ਖੁਸ਼ਖਬਰੀ ਫਿਰ। ਹੈ, ਰੁਕੋ। ਜੁਗਨੀ ਜਿਉਨੇ ਮੌੜ ਦੀ ਫੈਨ ਸੀ, ਇਹਨੇ ਆਪਣਾ ਵਿਆਹ ਹੁਣ ਤੱਕ ਇਸ ਕਰਕੇ ਨਹੀਂ ਸੀ ਕਰਾਇਆ ਕਿਉਂਕਿ ਇਸ ਦਾ ਮੰਨਣਾ ਸੀ ਕਿ ਜੇਕਰ ਉਹ ਵਿਆਹ ਕਰਾਏਗੀ ਤਾਂ ਜਿਉਨੇ ਮੌੜ ਜਿਹੇ ਦਿਸਣ ਵਾਲੇ ਮੁੰਡੇ ਨਾਲ ਹੀ ਕਰਾਏਗੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ, ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ, ਕਿਤੇ ਮੁੰਡਾ ਮੁੱਕਰ ਨਾ ਜਾਵੇ। ਮੁੱਕਰ ਕੇ ਮੁੰਡੇ ਨੇ ਆਪਣੀ ਜਾਨ ਦੇਣੀ ਆ ਜੀ, ਬਸ ਤੁਸੀਂ ਵਿਆਹ ਦਾ ਜੋੜਾ ਤਿਆਰ ਰੱਖੋ ਆਪਣਾ। ਠੀਕ ਹੈ, ਹਾਂਜੀ ਆਈ। ਬੇਟਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਤੁਸੀਂ ਇੱਥੇ? ਹਾਂਜੀ, ਉਹ ਤੁਹਾਡੇ ਬਾਪੂ ਜੀ ਘਰੇ ਨੇ, ਮੈਂ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਸੀ ਦਾਨੀ ਦੇ ਵਿਆਹ ਬਾਰੇ। ਹਾਂਜੀ ਹਾਂਜੀ, ਤੁਸੀਂ ਅੰਦਰ ਆਓ। ਧੰਨਵਾਦ ਜੀ। ਪਾਪਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਗਰੀਬਾਂ ਦੇ ਘਰ ਦਾ ਰਾਹ ਕਿੱਦਾਂ ਭੁੱਲ ਗਏ? ਨਹੀਂ, ਬੈਠੋ ਬੈਠੋ। ਹੋਰ ਸੁਣਾਓ, ਸਭ ਠੀਕ ਠਾਕ? ਠੀਕ ਹੈ ਜੀ, ਤੁਸੀਂ ਸੁਣਾਓ। ਵਾਹ ਜੀ ਵਾਹ, ਆ ਜਾ ਪੁੱਤਰ। ਹੋਰ ਸੁਣਾਓ ਹਕਮ ਜੀ, ਕੀ ਹੁਕਮ ਹੈ? ਮੈਂ ਹੁਕਮ ਕਿਵੇਂ ਕਰ ਸਕਦਾ ਜੀ, ਮੇਰੀ ਤਾਂ ਬੇਨਤੀ ਹੈ ਜੀ, ਜੇ
ਜੇ ਥੋੜ੍ਹੇ ਜਿਹੇ ਪੈਸੇ ਤੁਸੀਂ ਮੈਨੂੰ ਹੋਰ ਦੇ ਦਿੰਦੇ ਤਾਂ ਮਿਹਰਬਾਨੀ ਹੋ ਜਾਂਦੀ। ਹੋਰ ਪੈਸੇ? ਇਹ ਅਚਾਨਕ ਕਿੱਦਾਂ ਲੋੜ ਪੈ ਗਈ? ਉਹ ਦਰਅਸਲ ਮੈਨੂੰ ਦਾਨੀ ਦਾ ਵਿਆਹ ਪਹਿਲਾਂ ਕਰਨਾ ਪੈ ਰਿਹਾ ਜੀ। ਦਾਨੀ ਦਾ? ਪਰ ਤੁਸੀਂ ਮੈਥੋਂ ਪਹਿਲਾਂ ਪੈਸੇ ਤਾਂ ਰਾਣੋ ਬੇਟੀ ਦੇ ਵਿਆਹ ਵਾਸਤੇ ਲੈ ਕੇ ਗਏ ਸੀ ਨਾ? ਇਹ ਫਿਰ ਵਿੱਚ ਅਚਾਨਕ ਦਾਨੀ ਦਾ ਵਿਆਹ ਕਿੱਦਾਂ? ਮੈਂ ਤੁਹਾਨੂੰ ਕਿਵੇਂ ਦੱਸਾਂ, ਹਾਲਾਤ ਹੀ ਕੁਛ ਇਹੋ ਜਿਹੇ ਪੈਦਾ ਹੋ ਗਏ। ਪਰ ਤੁਸੀਂ ਫਿਕਰ ਨਾ ਕਰੋ, ਮੈਂ ਦਾਨੀ ਦੇ ਵਿਆਹ ਤੋਂ ਬਾਅਦ ਤੁਹਾਡੀ ਪਾਈ ਪਾਈ ਮੁੜ ਦਿਆਂਗਾ ਜੀ। ਹਾਕਮ ਸਿਆਂ, ਮੈਂ ਤੇਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ। ਮੈਂ ਤੈਨੂੰ ਪੈਸੇ ਤਾਂ ਹੋਰ ਦੇ ਦਿੰਦਾ, ਪਰ ਮੇਰੇ ਪੈਸੇ ਤੇ ਉਹਨਾਂ ਦੀ ਮੋਹਲਤ ਦੋਵੇਂ ਯਾਦ ਰੱਖੀ, ਵੇਖੀ ਕਿਤੇ ਮੁੱਕਰ ਨਾ ਜਾਈ। ਮੇਰੀ ਕੀ ਔਕਾਤ ਹੈ ਜੀ ਮੈਂ ਮੁੱਕਰ ਜਾ? ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਹੁਣ ਜਾਓ ਤੇ ਜਾ ਕੇ ਆਪਣੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕਰੋ ਖੁਸ਼ੀ ਖੁਸ਼ੀ। ਲੋਕਾਂ ਦੇ ਵਿਆਹ ਕਰਾਉਂਦੇ ਕਰਾਉਂਦੇ ਆਪਣਾ ਵਿਆਹ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਐਵੇਂ ਨਹੀਂ ਢਿੱਡ ਢਾ ਕੇ ਬੈਠੀ ਦਾ ਹੁੰਦਾ, ਬੈਠੀ ਹੋਣੀ ਆ, ਕੋਈ ਚੂੜੇ ਵਾਲੀ ਉਡੀਕਦੀ ਹੋਣੀ ਹੈ। ਬੋਡੀ ਤਾਂ ਹਾਲੇ ਵੀ ਕਾਇਮ ਹੈ ਮੇਰੀ। ਮਾਮਿਆ, ਅੱਜ ਹੀ ਤੈਨੂੰ ਛੱਡਦਾ ਮੈਂ। ਇਹਨੂੰ ਕੀ ਹੋ ਗਿਆ? ਇਹ ਤਾਂ ਦਾਤੀ ਚੱਕੀ ਆ ਰਿਹਾ ਅੱਜ। ਲਾ ਲਾ ਤੇਲ, ਲਾ ਲਾ। ਕੀ ਹੋਇਆ, ਕੀ ਆਇਆ ਦੱਸਾਂ? ਕੀ ਹੋਇਆ? ਦੇਖ ਦੇਖ, ਮੈਨੂੰ ਮੈਨੂੰ ਮਾਲਿਸ਼ ਕਰ ਲੈਂਦਾ, ਆਪਾਂ ਆਰਾਮ ਨਾਲ ਬਹਿ ਕੇ ਗੱਲ ਕਰਾਂਗੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚੰਗੀ ਮਾਲਿਸ਼ ਕਰਾਉਂਗਾ ਤੇਰੀ ਮੈਂ, ਜਿਹੜੇ ਤੂੰ ਵਿਆਹ ਕਰਾਉਣਾ ਨਾ ਸਕੀਮਾਂ ਪਾਪਾ, ਅੱਜ ਹੀ ਦਿਨ ਮੈਂ ਛੱਡਦਾ। ਭੱਜਦਾ ਕਿੰਨਾ ਭੱਜਦਾ, ਭੱਜ ਕੇ ਰਾ। ਕੋਈ ਬਚਾਓ, 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 ਬਚਾਓ। ਮੇਰੇ ਨਾਲ ਏਡਾ ਵੱਡਾ ਧੋਖਾ ਮਾਮਿਆ, ਅੱਜ ਹੀ ਦਿਨ ਮੈਂ ਛੱਡਦਾ। ਮੈਂ ਗਰਦਨ ਲਾ ਕੇ ਹਟੂ ਅੱਜ, ਤੂੰ ਕਰ ਇੱਥੇ। ਅੱਜ ਤੇਰਾ ਵੱਡੂ ਚੱਜ ਮੈਂ ਤੇਰਾ। ਕੀ ਹੋਇਆ ਮਾਮਾ? ਮਾਮਾ ਵੀਰੇ ਕੀ ਹੋ ਗਿਆ, ਕੀ ਕਰ ਰਿਹਾ? ਓਹੋ ਵੀਰੇ ਦੱਸ ਸਹੀ ਗੱਲ ਕੀ ਹੋਈ ਆ? ਉਹ ਦੇਖ ਬੇਬੇ, ਦੇਖ ਨਾਨੀ, ਇੱਕ ਮਿੰਟ ਆ ਥਲੇ। ਮੈਂ ਮਾਮਾ ਤੇਰਾ ਅੱਜ ਨਹੀਂ ਬਸਦਾ ਮਾਮਾ ਮੇਰੇ। ਆ ਜਾ ਆ ਜਾ, ਹੁਣ ਤੂੰ ਗਿਆ। ਮਾਮਾ ਤੇਰਾ ਛੱਡ ਦੇ ਇਹਨੂੰ। ਇਹਨੇ ਜੋ ਕੁਛ ਕੀਤਾ ਰਾਣੂ ਦੀ ਖੁਸ਼ੀ ਕਰਕੇ ਕੀਤਾ। ਮਤਲਬ? ਮਤਲਬ ਸਾਫ ਸਾਫ ਹੈ, ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਰਾਣੋ ਦੇ ਵਿਆਹ ਤੋਂ ਪਹਿਲਾਂ ਅਸੀਂ ਤੇਰਾ ਵਿਆਹ ਕਰ ਦਾਂਗੇ। ਤੇਰੇ ਵਿਆਹ 'ਚ ਜਿਹੜਾ ਦਾਜ ਆਊਗਾ ਉਹ ਆਪਾਂ ਰਾਣੋ ਦੇ ਵਿਆਹ 'ਚ ਦੇਵਾਂਗੇ। ਹੁਣ ਤੂੰ ਦੱਸਦੇ ਕੀ ਕਰਨਾ? ਸੋਚ ਸਮਝ ਕੇ ਜਵਾਬ ਦੇਈਂ। ਜੇ ਤੈਨੂੰ ਇਤਰਾਜ਼ ਹੈ ਤਾਂ ਆਪਾਂ ਤੇਰਾ ਰਿਸ਼ਤਾ ਵਾਪਸ ਕਰ ਦਿੰਦੇ ਹਾਂ।
ਤੇਰੀ ਭੈਣ ਰਾਣੋ ਦੀ ਜ਼ਿੰਦਗੀ ਦਾ ਸਵਾਲ ਹੈ ਬਸ। ਜੇ ਕੱਲ੍ਹ ਮੇਰੀ ਭੈਣ ਰਾਣੋ ਦੇ ਵਿਆਹ ਦੀ ਹੈ ਬਾਪੂ ਜੀ, ਤਾਂ ਮੈਂ ਪਹਿਲਾਂ ਹੀ ਆਖ ਦਿੱਤਾ ਸੀ, ਮੈਨੂੰ ਕੋਈ ਇਤਰਾਜ਼ ਨਹੀਂ। ਸਾਰਾ ਕੁਝ ਸਾਡੇ ਮੁਤਾਬਿਕ ਹੀ ਚੱਲ ਰਿਹਾ ਸੀ, ਪਰ ਰਾਣੋ ਦੇ ਸਹੁਰਿਆਂ ਨੂੰ ਕੁਝ ਹੋਰ ਹੀ ਲੱਗਿਆ ਤੇ ਉਸ ਤੋਂ ਬਾਅਦ ਦਾਨੀ ਜਾ ਇਹਨਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰ ਪੁੱਤ। ਹਾਂਜੀ ਜਾ। ਠਹਿਰਾ, ਅਸੀਂ ਇੱਥੇ ਚਾਹ ਪਾਣੀ ਪੀਣ ਨਹੀਂ ਆਏ, ਗੱਲਬਾਤ ਕਰਨ ਆਇਆ ਤੇ ਉਹ ਵੀ ਸਿੱਧੀ। ਚੰਗਾ ਚੰਗਾ ਜੀ, ਜ਼ਰੂਰ, ਕਿਹੜੀ ਗੱਲ? ਪਹਿਲਾਂ ਬੈਠੋ ਤਾਂ ਸਹੀ, ਫਿਰ ਗੱਲਬਾਤ ਵੀ ਕਰਦੇ ਹਾਂ। ਬੈਠੋ ਤਾਂ ਸਹੀ, ਗੱਲ ਸੁਣਾ। ਜਦੋਂ ਸਾਡੇ ਮੁੰਡੇ ਦਾ ਵਿਆਹ ਰਾਣੋ ਨਾਲ ਪਹਿਲਾਂ ਤੈਅ ਹੋਇਆ ਸੀ, ਫਿਰ ਇੰਨੀ ਕੀ ਆਫਤ ਆ ਗਈ ਕਿ ਤੁਸੀਂ ਦਾਨੀ ਦਾ ਵਿਆਹ ਪਹਿਲਾਂ ਰੱਖਤਾ? ਹੈ, ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਸਮਝਿਆ ਨਹੀਂ, ਦਾਨੀ ਦੇ ਵਿਆਹ ਨਾਲ ਤੁਹਾਡਾ ਕੀ ਤਾਲੁਕ ਹੈ? ਅਸੀਂ ਦਾਨੀ ਦਾ ਵਿਆਹ ਕਦੋਂ ਵੀ ਰੱਖੀਏ, ਰਾਣੋ ਦਾ ਵਿਆਹ ਤੇ ਤੈਅ ਕੀਤੀ ਤਰੀਕ ਦਾ ਹੀ ਹੈ ਨਾ ਜੀ। ਤੁਸੀਂ ਸਾਨੂੰ ਬੇਵਕੂਫ ਸਮਝ ਰੱਖਿਆ। ਸਾਰਾ ਪਿੰਡ ਜਾਣਦਾ ਕਿ ਦਾਨੀ ਸਾਰਾ ਦੱਬਿਆ ਖਜਾਨਾ ਕੱਲਾ ਦੱਬਣ ਨੂੰ ਫਿਰਦਾ, ਇਸ ਲਈ ਇਹਨੇ ਆਪਦਾ ਵਿਆਹ ਪਹਿਲਾਂ ਰੱਖ ਲਿਆ। ਵਾਹ ਦਾਨੀ ਵਾਹ, ਉਸ ਦਿਨ ਤਾਂ ਤੂੰ ਸਾਡੇ ਘਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਇਆ ਨਾ, ਅੱਜ ਨਹੀਂ ਤੈਨੂੰ ਆਪਦੀ ਭੈਣ ਦਾ ਚੇਤਾ ਆਇਆ? ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਜੀ। ਕੋਈ ਗਲਤ ਫਹਿਮੀ ਨਹੀਂ ਹੋਈ, ਗੱਲ ਸੁਣ ਲਾ ਹਾਕਮਾ, ਤੂੰ ਚਾਹੁੰਦਾ ਨਾ ਕਿ ਤੇਰੀ ਕੁੜੀ ਵਿਆਹ ਕੇ ਸਾਡੇ ਘਰ ਦੀ ਦਹਿਲੀ 'ਚ ਕਦਮ ਰੱਖੇ ਤੇ ਦਾਨੀ ਤੋਂ ਪਹਿਲਾਂ ਰਾਣੋ ਦਾ ਵਿਆਹ ਕਰਨਾ ਪਏਗਾ, ਨਹੀਂ ਤਾਂ ਫਿਰ ਸਾਡੇ ਵੱਲੋਂ ਇਸ ਰਿਸ਼ਤੇ ਨੂੰ ਨਾ ਹੀ। ਮੇਰੀ ਗੱਲ ਤੇ ਸੁਣੋ, ਓ ਇੱਕ ਮਿੰਟ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ। ਪਾਪੂ, ਅਸੀਂ ਹੁਣ ਪੂਰੀ ਤਰ੍ਹਾਂ ਨਾਲ ਫਸ ਚੁੱਕੇ ਸੀ, ਅਸੀਂ ਦਾਨੀ ਦਾ ਵਿਆਹ ਰਾਣੋ ਦੇ ਵਿਆਹ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਸੀ ਤਾਂ ਕਿ ਦਾਨੀ ਦੇ ਵਿਆਹ 'ਚ ਜੋ ਦਾਜ ਆਏਗਾ ਉਹ ਦਾਜ ਅਸੀਂ ਰਾਣੋ ਦੇ ਵਿਆਹ 'ਚ ਦੇ ਦੇਵਾਂਗੇ। ਪਰ ਰਾਣੋ ਦੇ ਸਹੁਰਿਆਂ ਵੱਲੋਂ ਅਚਾਨਕ ਰਾਣੋ ਦਾ ਵਿਆਹ ਪਹਿਲਾਂ ਕਰਨ ਦੀ ਮੰਗ ਨੇ ਸਾਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ। ਹਾਲੇ ਅਸੀਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਨਿਕਲਣ ਬਾਰੇ ਸੋਚ ਹੀ ਰਹੇ ਸੀ ਕਿ ਅਚਾਨਕ ਇੱਕ ਹੋਰ ਪਰੇਸ਼ਾਨੀ ਨੇ ਸਾਡੇ ਘਰ ਦੇ ਬਾਹਰ ਆ ਕੇ ਦਸਤਕ ਦੇ ਦਿੱਤੀ। ਚੰਗਾ ਪੁੱਤ, ਮੈਂ ਚੱਲਦਾ ਹੁਣ, ਆਪਣੇ ਬਾਪੂ ਦਾ ਖਿਆਲ ਰੱਖੀ, ਕਿਸੇ ਕਿਸਮ ਦਾ ਬੋਝ ਨਾ ਪਵੇ ਉਹਦੇ ਦਿਮਾਗ 'ਚ। ਠੀਕ ਹੈ ਜੀ, ਧੰਨਵਾਦ। ਚੰਗਾ ਹਾਕਮ ਸਿਆਂ। ਉਹ ਹਾਕਮ ਸਿਆਂ, ਸਤਿ ਸ਼੍ਰੀ ਅਕਾਲ ਜੀ। ਜਿਉਂਦਾ ਰਹਿ ਪੁੱਤਰਾ। ਉਹ ਬਾਪੂ ਜੀ ਦੀ ਤਬੀਅਤ ਕੁਛ ਠੀਕ ਨਹੀਂ ਜੀ, ਉਹ ਅੰਦਰ ਆਰਾਮ ਕਰ ਰਹੇ ਨੇ, ਤੁਸੀਂ ਮੈਨੂੰ ਦੱਸੋ ਕੀ ਕੰਮ ਆ। ਕਾਕਾ, ਕੀ ਇਹ ਗੱਲ ਸੱਚ ਹੈ ਕਿ ਹੁਣ ਰਾਣੋ ਦਾ ਵਿਆਹ ਤੇਰੇ ਵਿਆਹ ਤੋਂ ਪਹਿਲਾਂ ਹੋ ਰਿਹਾ? ਹਾਂਜੀ, ਦਰਅਸਲ ਉਹ ਰਾਣੋ ਦੇ ਸਹੁਰੇ ਨਹੀਂ ਚਾਹੁੰਦੇ
ਕਿ ਮੇਰਾ ਵਿਆਹ ਉਹਦੇ ਵਿਆਹ ਤੋਂ ਪਹਿਲਾਂ ਹੋਵੇ ਅਤੇ ਨਾਲੇ ਕਾਕਾ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਘਰ ਸ਼ਗਨਾਂ ਵਾਲੇ ਦਿਨ ਮੈਂ ਕੋਈ ਅਪਸ਼ਗਨੀ ਗੱਲ ਕਰਾਂ। ਮੈਂ ਆਪਣੀ ਧੀ ਰੂਪ ਦਾ ਵਿਆਹ ਪੱਕਾ ਕਰ ਦਿੱਤਾ ਰੂਪ ਅਤੇ ਹੁਣ ਮੈਨੂੰ ਪੈਸਿਆਂ ਦੀ ਲੋੜ ਹੈ। ਮੈਨੂੰ ਮੇਰੇ ਪੈਸੇ ਦਿਓ ਅਤੇ ਮੈਂ ਜਾਵਾਂ। ਮਤਲਬ ਦਾਨੀ ਪੁੱਤਰ ਤੇਰੇ ਪਿਓ ਨੇ ਮੈਥੋਂ ਇਹ ਕਹਿ ਕੇ ਪੈਸੇ ਲਏ ਸੀ ਕਿ ਮੇਰੇ ਪੈਸੇ ਤੇਰੇ ਵਿਆਹ ਤੋਂ ਬਾਅਦ ਮੋੜ ਦੇਗਾ। ਹੁਣ ਜਦੋਂ ਤੇਰਾ ਵਿਆਹ ਹੀ ਨਹੀਂ ਹੋ ਰਿਹਾ ਤਾਂ ਮੈਨੂੰ ਮੇਰੇ ਪੈਸੇ ਮੋੜ ਦਿਓ, ਪੂਰਾ 5000 ਰੁਪਈਆ, ਅਤੇ ਮੈਨੂੰ ਚਾਹੀਦੇ ਵੀ ਹੈ ਹੁਣੇ ਹੁਣੇ ਹੁਣੇ। ਮੇਰੇ ਪੈਸੇ ਮੈਨੂੰ ਦਿਓ ਅਤੇ ਮੈਂ ਜਾਵਾਂ। ਤੁਸੀਂ ਤਾਂ ਸਾਡੇ ਹਾਲਾਤ ਜਾਣਦੇ ਹੋ ਜੀ, ਨਾਲੇ ਇੰਨੀ ਛੇਤੀ ਅਸੀਂ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਾਂਗੇ? ਕਾਕਾ ਜੀ, ਇਹ ਤਾਂ ਪੈਸੇ ਲੈਣ ਤੋਂ ਪਹਿਲਾਂ ਸੋਚਣਾ ਸੀ ਨਾ। ਹੁਣ ਜਦ ਪੈਸੇ ਮੋੜਨ ਦਾ ਵਕਤ ਆਇਆ ਤਾਂ ਉਹ ਨਾਟਕ ਕਰਕੇ ਬਿਮਾਰੀ ਦਾ ਅੰਦਰ ਲੰਬਾ ਪਿਆ। ਪਰ ਮੈਂ ਗੱਲ ਤੇਰੇ ਨਾਲ ਕਿਉਂ ਕਰ ਰਿਹਾ? ਮੈਂ ਗੱਲ ਕਰੂੰਗਾ ਹਾਕਮ ਸਿੰਘ ਨਾਲ। ਹਾਕਮ ਸ਼ਾਹ, ਹਾਕਮ ਸ਼ਾਹ! ਅੰਕਲ ਜੀ, ਅੰਕਲ ਜੀ, ਅੰਕਲ ਜੀ, ਆਓ। ਤੁਸੀਂ ਤਾਂ ਨਾ ਬਹੁਤ ਹੀ ਗੁੱਸਾ ਕਰਦੇ ਹੋ। ਪੈਸੇ ਚਾਹੀਦੇ ਨੇ, ਆ ਫੜ। ਨਾਲੇ ਗੱਲ ਸੁਣ, ਅੱਜ ਤੋਂ ਬਾਅਦ ਮੇਰੇ ਦੋਸਤ ਵੱਲ ਝਾਕ ਵੀ ਨਾ ਜਾਈ। ਕਾਕਾ ਜੀ, ਇਹਨਾਂ ਚ ਗੁੱਸਾ ਹੋਣ ਵਾਲੀ ਕਿਹੜੀ ਗੱਲ ਹੈ? ਵੇਖ, ਵਿਹਾਰ ਆਪਣੀ ਜਗ੍ਹਾ, ਦੋਸਤੀ ਆਪਣੀ ਜਗ੍ਹਾ। ਵਿਹਾਰ ਵਾਲਾ ਕੰਮ ਤਾਂ ਤੁਸੀਂ ਦਿੱਤਾ, ਕਰ। ਬਾਕੀ ਰਹੀ ਗੱਲ ਦੋਸਤੀ ਦੀ, ਤੁਸੀਂ ਮੇਰੀ ਧੀ ਦੇ ਵਿਆਹ ਤੇ ਜ਼ਰੂਰ ਆਇਓ। ਹਾਂ ਗੱਲ ਸੁਣ, ਹਾਕਮ ਸਿੰਘ ਨੂੰ ਔਖਾ ਸੌਖਾ ਹੋ ਕੇ ਨਾਲ ਲੈ ਹੀ ਆਈ, ਪਰ ਆਇਓ ਜ਼ਰੂਰ। ਜ਼ਰੂਰ ਆਉਣਾ, ਜ਼ਰੂਰ ਆਵਾਂਗੇ ਜੀ, ਆਵਾਂਗੇ। ਲੈ ਕਮਲਾ ਦੱਸ, ਉਹ ਸਾਡੇ ਦਾਨੀ ਤੋਂ ਬਗੈਰ ਤੁਹਾਡੀ ਰੂਪ ਦਾ ਵਿਆਹ ਕਿਵੇਂ ਹੋ ਸਕਦਾ? ਕਿਉਂ, ਕਿਵੇਂ ਆ, ਕਿਵੇਂ ਮੂੰਹ ਜਿਹਾ ਲਮਕਾਇਆ? ਇੱਕ ਗੱਲ ਦੱਸ, ਪੈਸੇ ਕਿੱਥੋਂ ਆਏ? ਉਹ ਤੈਨੂੰ ਕਿਹਾ ਸੀ ਨਾ, 2-4 ਕਿੱਲੇ ਹੈਗੇ ਸੀ ਆਪਣੇ ਕੋਲ, ਵੇਚ ਤੇ। ਤੂੰ ਉਹ ਛੱਡ, ਆ ਫੜ। ਹੁਣੇ ਕਿਸ ਲਈ? ਓਏ ਕਮਲਿਆ, ਹੁਣ ਸਾਡੀ ਭਾਬੀ ਦੇ ਵਿਆਹ 'ਤੇ ਬਿਨਾਂ ਸ਼ਗਨ ਤੋਂ ਜਾਵੇਂਗਾ? ਨਾਲੇ ਦੇਖ ਵੀ ਹਾਕਮ ਸਿਆਂ, ਕੱਲ੍ਹ ਤੇਰੇ ਪੁੱਤਰ ਦਾਨੀ ਨੇ ਜਿਹੜੀ ਹਰਕਤ ਇੱਥੇ ਸਾਹੂਕਾਰ ਜੀ ਦੇ ਘਰ ਕੀਤੀ ਹੈ, ਉਹ ਬਹੁਤ ਗਲਤ ਕੀਤੀ ਹੈ। ਹੁਣ ਤੂੰ ਦੱਸ, ਉਸਦੀ ਸਫਾਈ ਵਿੱਚ ਕੀ ਕਹਿਣਾ ਚਾਹੁੰਦਾ? ਮੈਂ ਜਾਣਦਾ ਸਰਪੰਚ ਸਾਹਿਬ ਕਿ ਦਾਨੀ ਦੀ ਗਲਤੀ ਮਾਫ਼ੀ ਦੇ ਕਾਬਿਲ ਨਹੀਂ ਹੈ। ਤੁਸੀਂ ਜੋ ਵੀ ਸਜ਼ਾ ਮੈਨੂੰ ਸੁਣਾਓਗੇ ਮੇਰੇ ਸਿਰ ਮੱਥੇ। ਮੈਂ ਪੰਚਾਂ ਸਰਪੰਚਾਂ ਦੀ ਮੌਜੂਦਗੀ ਦੇ ਵਿੱਚ ਸਾਰੇ ਪਿੰਡ ਤੋਂ ਤੇ ਆਪਣੇ ਦੋਸਤ ਸ਼ਾਹੂਕਾਰ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ। ਮੈਨੂੰ ਮਾਫ਼ ਕਰ ਦੇ, ਮਾਫ਼ ਕਰ ਦਿਓ। ਮੈਂ ਕਿਹਾ ਸਰਪੰਚ ਸਾਹਿਬ, ਹਾਕਮ ਸਿੰਘ ਦੇ ਇੱਦਾਂ ਹੱਥ ਜੋੜ ਕੇ ਮਾਫ਼ੀ ਮੰਗਣ ਨਾਲ ਕੀ ਮੇਰੀ ਧੀ ਦਾ ਵਿਆਹ ਹੋਜੂ? ਸਿਰਫ ਇੰਨਾ ਹੀ ਨਹੀਂ, ਤੇ ਇਸ ਦੇ ਪੁੱਤਰ ਦਾਨੀ ਨੇ ਜਿਹੜੀ ਕੱਲ੍ਹ ਮੇਰੇ ਘਰ ਆ ਕੇ ਗੰਦੀ ਹਰਕਤ ਕੀਤੀ ਹੈ, ਮੈਂ ਸਾਰੀ ਬਰਾਦਰੀ ਵਿੱਚ ਆਪਣਾ ਮੂੰਹ ਵਿਖਾਉ ਜੋਗਾ ਨਹੀਂ ਰਿਹਾ। ਜੇ ਸੱਚਮੁੱਚ ਮੈਥੋਂ ਮਾਫ਼ੀ ਮੰਗਣਾ ਚਾਹੁੰਦਾ ਹੈ ਨਾ, ਤਾਂ ਸਰਪੰਚ ਜੀ ਇਹਨੂੰ ਕਹੋ ਆਪਣੀ ਪੱਗ ਲਾ ਕੇ ਮੇਰੇ ਪੈਰਾਂ ਵਿੱਚ ਰੱਖੇ, ਤੇ ਉਸ ਤੋਂ ਬਾਅਦ ਫਿਰ ਮੈਂ ਸੋਚਾਂਗਾ
ਕਿ ਮਾਫੀ ਦੇਣੀ ਵੀ ਹੈ ਕਿ ਨਹੀਂ। ਇੱਕ ਮਿੰਟ ਹਾਕਮ ਸਿਆ, ਇੱਕ ਮਿੰਟ ਦੇਖ ਸ਼ਾਹੂਕਾਰ, ਸਾਰਾ ਪਿੰਡ ਜਾਣਦਾ ਕਿ ਹਾਕਮ ਸਿੰਘ ਨਿਹਾਇਤ ਹੀ ਸ਼ਰੀਫ ਆਦਮੀ ਹੈ, ਫਿਰ ਉਸਨੇ ਸਾਰੇ ਪਿੰਡ ਦੇ ਸਾਹਮਣੇ ਤੁਹਾਡੇ ਕੋਲੋਂ ਮਾਫੀ ਮੰਗ ਲਈ ਹੈ, ਹੁਣ ਸਾਰੇ ਪਿੰਡ ਦੇ ਸਾਹਮਣੇ ਉਹਦੀ ਪੱਗ ਲਾਉਣਾ? ਨਹੀਂ, ਇਹ ਗਲਤ ਹੈ, ਗਲਤ ਹੈ। ਸਰਪੰਚ ਜੀ, ਇਹ ਭਲਾ ਕੋਈ ਗੱਲ ਬਣੀ? ਬਸ ਫੈਸਲਾ ਹੋ ਚੁੱਕਿਆ ਹੈ, ਇਸ ਗੱਲ ਤੇ ਇੱਥੇ ਮਿੱਟੀ ਪਾ ਦਿਓ, ਨਹੀਂ ਤਾਂ ਤੁਹਾਡੇ ਖਿਲਾਫ ਕੋਈ ਫੈਸਲਾ ਲੈਣਾ ਪਵੇਗਾ। ਅੱਜ ਤੋਂ ਸਾਰੇ ਪਿੰਡ ਦੇ ਸਾਹਮਣੇ ਮੇਰਾ ਸਿਰ ਨੀਵਾਂ ਕਰ ਦਿੱਤਾ ਹੈ। ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ। ਓਏ ਤੂੰ ਜੰਮਦਾ ਕਿਉਂ ਨਹੀਂ ਮਰ ਗਿਆ? ਜੰਮਦਾ ਕਿਉਂ ਨਹੀਂ ਮਰ ਗਿਆ? ਕਿਉਂ ਨਹੀਂ ਮਰ ਗਿਆ? ਕਿਉਂ ਨਹੀਂ ਮਰ ਗਿਆ? ਬਾਪੂ ਜੀ, ਆਹ ਜੋੜ ਕੇ ਬੈਠੀ ਹੈ ਬਾਪੂ ਜੀ, ਨਾ ਮਾਰੋ ਵੀਰੇ ਨੂੰ, ਇਹਦੀ ਜਿਹਦਾ ਕੋਈ ਕਸੂਰ ਨਹੀਂ ਹੈਗਾ, ਇਹ ਮਰ ਜਾ ਬਾਪੂ ਜੀ। ਜੋੜ ਜਾ ਬੇਬੇ, ਤੂੰ ਕਹਿਣਾ ਬਾਪੂ ਨੂੰ ਸਰਦਾਰ ਜੀ ਪਾਸੇ ਨਾ ਮਾਰੋ, ਰੱਬ ਦਾ ਵਾਸਤਾ ਹੈ। ਸਿਰਫ ਮੇਰੇ ਕਰਕੇ ਸਾਰੇ ਫਸਾਦ ਦੀ ਚਾਟਾ ਮੈਂ ਹਾਂ, ਮੈਨੂੰ ਜਿਉਣ ਦਾ ਕੋਈ ਹੱਕ ਨਹੀਂ। ਭੈਣ ਰਾਣੋ, ਮੇਰੀ ਲਾਡਾ ਰਾਣਾ ਧੀਏ, ਮੇਰੇ ਮਰਨ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੋ, ਮੈਨੂੰ ਮਾਫ ਕਰ ਦਿਓ। ਦੇਖ ਲੈ ਯਾਰ ਪੰਮਿਆ, ਤੇਰੇ ਇੱਕ ਝੂਠ ਨੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰਤੀ। ਜੇ ਮੈਂ ਜ਼ਿੰਦਗੀ ਬਰਬਾਦ ਕਰਤੀ ਨਾ ਤੇ ਠੀਕ ਵੀ ਮੈਂ ਹੀ ਕਰੂੰਗਾ, ਮੈਂ ਹੀ ਕਰੂੰਗਾ। ਤੂੰ 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 ਤੂੰ
ਫੁੱਲ ਪਾਣੀ ਪਾਣੀ ਥੋੜ੍ਹਾ ਜਿਹਾ ਸੁੱਕ ਜਾਂਦੇ ਹੁੰਦੇ ਨੇ ਇਹ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ, ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ, ਹੁਣ ਯਾਦ ਰੱਖੀ ਕਿਤੇ ਮੁੰਡਾ ਮੁੱਕਰ ਨਾ ਜਾਵੇ। ਇਸ ਘਰ ਤੇ ਵੀ ਸਾਰਸਤੀ ਛਾਈ ਹੋਈ ਹੈ, ਇੱਕ ਮੁਸੀਬਤ ਜਾਂਦੀ ਹੈ ਦੂਜੀ ਖੜੀ ਹੋ ਜਾਂਦੀ ਹੈ, ਹੁਣ ਮੈਂ ਕੀ ਕਰਾਂ? ਇੱਕ ਕੰਮ ਕਰ ਪਾਲਿਆ, ਤੂੰ ਲੁਕ ਜਾ। ਬੇਟਾ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਕਹੋ, ਮੈਂ ਹੱਥ ਜੋੜ ਕੇ ਮਾਫੀ ਮੰਗਦਾ, ਮੈਨੂੰ ਮਾਫ ਕਰ ਦਿਓ। ਹਾਲਾਤ ਹੀ ਕੁਝ ਇਹੋ ਜਿਹੇ ਹੋ ਗਏ ਨੇ, ਦਾਨੀ ਦਾ ਵਿਆਹ ਸਾਨੂੰ ਅੱਗੇ ਕਰਨਾ ਪੈ ਰਿਹਾ, ਮੈਨੂੰ ਮਾਫ ਕਰ ਦਿੱਤੀ ਹੈ, ਮਾਫ ਕਰ ਦੇ। ਕੀ ਗੱਲ ਕਰ ਰਹੇ ਹੋ ਸਰਦਾਰ ਸਾਹਿਬ? ਅਸੀਂ ਤੁਹਾਡੇ ਨਾਲ ਇੱਥੇ ਕੋਈ ਗਿਲਾ ਸ਼ਿਕਵਾ ਕਰਨ ਵਾਸਤੇ ਨਹੀਂ ਆਏ, ਅਸੀਂ ਤਾਂ ਰਾਣੋ ਦਾ ਹਾਲ ਚਾਲ ਪੁੱਛਣ ਆਏ ਹਾਂ। ਜਿਹੋ ਜੀ ਮੇਰੇ ਵਾਸਤੇ ਜੁਗਨੀ, ਉਹੇ ਜੀ ਮੇਰੇ ਵਾਸਤੇ ਰਾਣੋ। ਤੁਹਾਨੂੰ ਹੱਥ ਜੋੜਨ ਦੀ ਕੋਈ ਲੋੜ ਨਹੀਂ। ਸਾਨੂੰ ਸਭ ਪਤਾ ਲੱਗ ਗਿਆ, ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਆਪਣਾ ਪੂਰਾ ਧਿਆਨ ਰਾਣੋ ਦੇ ਵਿਆਹ ਤੇ ਦਵੋ। ਬਾਕੀ ਮੇਰੇ ਲੇਖਾਂ 'ਚ ਜੋ ਲਿਖਿਆ ਹੋਊਗਾ ਉਹ ਮੈਨੂੰ ਮਿਲ ਹੀ ਜਾਣਾ। ਜਿਉਂਦੀ ਰਹੀਏ। ਚੰਗਾ ਰਾਣੋ, ਮੈਂ ਚੱਲਦੀ ਹਾਂ। ਸਤਿ ਸ਼੍ਰੀ ਅਕਾਲ। ਇੰਜ ਅੱਖਾਂ ਚੁਰਾਨ ਨਾਲ ਸੱਚਾਈ ਬਦਲ ਨਹੀਂ ਜਾਊ ਤਾਨੀ। ਕਿਹੜੀ ਸੱਚਾਈ? ਮੈਨੂੰ ਪਤਾ ਚੱਲ ਗਿਆ ਹੈ
ਕਿ ਤੂੰ ਜੋ ਕੁਛ ਵੀ ਕੀਤਾ ਆਪਣੀ ਭੈਣ ਰਾਨੂ ਦੀ ਖਾਤਰ ਕੀਤਾ। ਇਸ 'ਚ ਤੇਰਾ ਕੋਈ ਕਸੂਰ ਨਹੀਂ ਸੀਗਾ। ਤੇ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਮੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਹੈ। ਮੈਂ ਕਿਸੇ ਨੂੰ ਕੋਈ ਪਿਆਰ ਵਿਆਰ ਨਹੀਂ ਕਰਦਾ। ਰੱਖ ਮੇਰੇ ਸਿਰ 'ਤੇ ਹੱਥ ਤੇ ਹੁਣ ਦੱਸ, ਤੂੰ ਮੈਨੂੰ ਪਿਆਰ ਨਹੀਂ ਕਰਦਾ? ਮੈਨੂੰ ਜਾਣਦੇ ਰੂਪ, ਮੈਂ ਜਲਦੀ ਜਾ। ਤੂੰ ਆਪਣਾ ਵਿਆਹ ਜੁਗਣੀ ਦੇ ਨਾਲ ਸਿਰਫ ਇਸ ਕਰਕੇ ਕਰਾ ਰਿਹਾ ਸੀ ਕਿ ਰਾਣੋ ਦੇ ਵਿਆਹ 'ਚ ਕੋਈ ਅੜਚਨ ਨਾ ਆਵੇ। ਪਰ ਹੁਣ ਜਦ ਰਾਣੋ ਦਾ ਵਿਆਹ ਸੁਖ ਸ਼ਾਂਤੀ ਨਾਲ ਹੋ ਰਿਹਾ ਹੈ, ਫਿਰ ਤੇਰੀ ਇਹੋ ਜਿਹੀ ਕਿਹੜੀ ਮਜਬੂਰੀ ਹੈ ਜੁਗਣੀ ਦੇ ਨਾਲ ਵਿਆਹ ਕਰਾਉਣ ਦੀ? ਰੂਪ, ਇਹ ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਨੂੰ ਉਸਦੀ ਮਜਬੂਰੀ ਦੇ ਨਾਲ ਹੀ ਤੁਲਿਆ ਜਾਵੇ। ਸਾਨੂੰ ਕਦੇ ਕਦੇ ਦੂਸਰਿਆਂ ਦੇ ਜਜ਼ਬਾਤਾਂ ਨੂੰ ਵੀ ਸਮਝਣਾ ਪੈਂਦਾ। ਜਿੱਦਾਂ ਰਾਣੋ ਮੇਰੀ ਭੈਣ, ਠੀਕ ਉਸੇ ਤਰ੍ਹਾਂ ਜੁਗਣੀ ਵੀ ਕਿਸੇ ਦੀ ਭੈਣ। ਅੱਜ ਜਦ ਮੈਂ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਨਹੀਂ ਦੇਖ ਸਕਦਾ, ਤਾਂ ਤੈਨੂੰ ਕੀ ਲੱਗਦਾ ਜੁਗਣੀ ਦੇ ਭਰਾ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਵੇਖ ਸਕਣਗੇ? ਦਾਨੀ, ਤੂੰ ਬਸ ਰੂਪ, ਮੈਂ ਮਜਬੂਰ ਹਾਂ। ਤੇਰੀ ਮੇਰੀ ਜੋੜੀ ਇਸ ਜਨਮ 'ਚ ਨਹੀਂ ਬਣ ਸਕਦੀ। ਮੈਨੂੰ ਮਾਫ ਕਰ ਦਿਓ ਬਾਪੂ ਜੀ, ਮੈਂ ਆਪਣਾ ਕੀਤਾ ਵਾਅਦਾ ਪੂਰਾ ਨਾ ਕਰ ਸਕਿਆ। ਮੈਨੂੰ ਮਾਫ ਕਰ ਦੇ ਭੈਣੇ। ਲਾ ਦਿਓ ਗੱਲ ਮੇਰੀ, ਕਸਮ ਨਾਲ ਸੀਟ ਤੱਕ ਨਹੀਂ ਕਰਦਾ। ਤੁਸੀਂ ਠੀਕ ਕਹਿੰਦੇ ਸੀ ਬਾਪੂ ਜੀ, ਮੇਰੇ 'ਚ ਇਹੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਸਾਰਾ ਕੁਛ ਕਰਕੇ ਕਹਿੰਦਾ ਮੈਂ ਕੁਛ ਨਹੀਂ ਕੀਤਾ। ਆ ਦੇਖ, ਆ ਰਾਣੋ ਦੇ ਦਾਜ ਦਾ ਸਮਾਨ ਤਾਂ ਤੂੰ ਲੈ ਕੇ ਆਇਆ, ਪਰ ਹੁਣ ਆਪਣੀ ਰਾਣੋ ਦਾ ਵਿਆਹ ਗੱਜ ਬੱਜ ਕੇ ਹੋਵੇਗਾ। ਉਹ ਗੱਜ ਬੱਜ ਕੇ ਹੋਏਗਾ ਪੁੱਤਰਾ। ਆ ਸੁਣਾ ਪਿੰਡ ਵਾਲਿਓ, ਦਾਨੀ ਵਰਗੀ ਔਲਾਦ ਰੱਬ ਕਰ ਕਰ ਦੇਵੇ, ਦਾਨੀ ਵਰਗੀ ਔਲਾਦ ਰੱਬ ਕਰ ਕਰ ਦੇਵੇ ਪਿੰਡ ਵਾਲਿਓ, ਔਰ ਦਾਨੀ ਵਰਗੀ ਔਲਾਦ ਰੱਬ ਕਰ ਕਰ ਦੇਵੇ, ਮੈਂ ਕਹਿਣਾ ਕਰ ਕਰ ਦੇਵੇ। ਦਾਨੀ ਉਸ ਦਿਨ ਹੈਰਾਨ ਸੀ, ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਰਾਣਾ ਦੇ ਵਿਆਹ ਦਾ ਦਾਜ ਕਿੱਥੋਂ ਆਇਆ। ਉਹ ਸ਼ਾਇਦ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਪਰ ਮੈਨੂੰ ਪਹਿਲੀ ਵਾਰ ਇੰਨਾ ਖੁਸ਼ ਦੇਖ ਕੇ ਉਹ ਚੁੱਪ ਹੋ ਗਿਆ। ਇੱਕ ਤਾਂ ਇਹਨਾਂ ਨੇ ਲਹੂ ਪੀਤਾ ਪਿਆ, ਉਹ ਆਪ ਨਹੀਂ ਸੀ ਖੋਲ ਸਕਦੇ ਬੂਹਾ, ਤੁਹਾਡੇ ਕਰਕੇ ਕਹਾਣੀ ਵਿਚਾਲੂ ਛੱਡ ਕਹਿਣੀ ਪਈ ਹੈ। ਗੱਲਾਂ ਕਰਦੇ ਨੇ, ਪਤਾ ਨਹੀਂ ਕੌਣ ਆ ਗਿਆ, ਕਿੰਨੇ ਲਹੂ ਪੀਤਾ, ਔਰ ਨਜ਼ਰ ਤਾਂ ਕੋਈ ਆ ਨਹੀਂ ਰਿਹਾ।
ਓਏ ਤੂੰ ਕੀ ਗੱਲ ਮਾਮੂ, ਵਿਆਹ ਕਰਾ ਰਿਹਾ ਆਪਣੇ ਸਰਬਾਲੇ ਨੂੰ ਭੁੱਲ ਗਿਆ? ਓਏ ਮੇਰੇ ਸਲਮਾਨ ਖਾਨ, ਤੈਨੂੰ ਮੈਂ ਭਲਾ ਭੁੱਲ ਸਕਦਾ? ਓਏ ਭੁੱਖੇ ਨੰਗੇ ਹੋ, ਤੁਸੀਂ ਫੇਰ ਆ ਗਏ ਹੋ? ਬੇਬੇ ਬਾਹਰ ਰਿਸ਼ਤੇਦਾਰ ਆਏ ਤੇਰੇ, ਕੈਨੇਡਾ ਤੋਂ ਸੱਚੇ ਤਾਂ ਨਹੀਂ ਡਿਪੋਰਟ ਹੋ ਗਏ ਕਿਤੇ? ਰੋਟੀ ਰੋਟੀ ਪਾਓ ਇਹਨਾਂ ਨੂੰ। ਓਏ ਰੋਟੀ ਪਾਉਣ ਨੂੰ ਅਸੀਂ ਕੋਈ ਕੁੱਤੇ? ਦੇਖ ਘਰੇ ਕੌਣ ਆਇਆ। ਨੀ ਮੈਂ ਮਰ ਜਾ, ਮੇਰਾ ਪੁੱਤ ਆਇਆ, ਆ ਜਾ ਪੁੱਤ ਮੇਰੀ ਗੋਦ ਚ। ਹਾਂ ਇਹਨਾਂ ਨੂੰ ਵੀ ਲੈ ਲਓ ਗੋਦ ਚ, ਫੇਰ ਆ ਗਿਆ ਮੂੰਹ ਚੱਕ ਕੇ। ਨਾ ਮੈਨੂੰ ਤੁਸੀਂ ਪਹਿਲਾਂ ਐ ਦੱਸੋ, ਕਿਹੜੇ ਘਰ ਚ ਭਾਈ ਭੈਣ ਦੀ ਲੜਾਈ ਨਹੀਂ ਹੁੰਦੀ? ਅੱਛਾ ਤੁਸੀਂ ਮਜਨੂੰ ਦਾ ਵਿਆਹ ਵੀ ਧਰਤਾ ਤੇ ਮੈਨੂੰ ਦੱਸਿਆ ਤੱਕ ਨਹੀਂ? ਉਹ ਮੈਂ ਜਾਣਦਾ ਨਹੀਂ ਤੁਹਾਨੂੰ, ਕੈਨੇਡਾ ਵਾਲੀ ਕੁੜੀ ਦਾ ਨਾਮ ਸੁਣ ਕੇ ਆਪਣੀ ਮਿਲਣੀਆਂ ਨੂੰ ਆਇਓ? ਉਹ ਬਸ ਵੀ ਕਰ, ਐ ਬੋਲੀ ਦਾ ਹੁੰਦਾ ਘਰ ਆਇਆ ਨੂੰ, ਚੱਲ ਦਫਾ ਹੋ। ਹਾਂ ਮੈਨੂੰ ਕੋਈ ਸ਼ੌਂਕ ਮੇਰੀ ਧੜਕ ਖੜੇ ਹੋਣ ਦਾ, ਤੁਸੀਂ ਪਾਓ ਜੱਫੀਆਂ। ਮੰਮੀ ਕੋਈ ਨਾ ਕੋਈ ਮੰਮੀ ਹਾਂ ਸਾਲ ਕੇ ਜਾ ਰੋਲ ਜਾ। ਚੈਂਪੀਅਨ ਪੁੱਤਰ ਦੇਖਿਆ, ਸਾਡੀ ਵੀ ਤਾਂ ਕੋਈ ਇੱਜ਼ਤ ਹੈ। ਚੁਪਾਏ ਦੇਖ ਲਓ ਕਿੰਨਾ ਚਾਅ ਚੜ੍ਹਿਆ ਇਹਨਾਂ ਨੂੰ ਮੇਰੇ ਵਿਆਹ ਦਾ, ਪਰ ਇਹਨਾਂ ਕਮਲਿਆਂ ਨੂੰ ਕੀ ਪਤਾ। ਮੈਂ ਤਾਂ ਪਰੀ ਨੂੰ ਪਹਿਲਾਂ ਹੀ ਵਿਆਹ ਦਾ ਜਵਾਬ ਦੇ ਆਇਆ। ਮਾਈ ਲਵ ਸਟੋਰੀ ਦੀ ਐਂਡ, ਫਿਨਿਸ਼ ਫਿਨੀਤੋ। ਦਾਦਾ ਜੀ ਮੇਰੀ ਛੱਡੋ ਅਤੇ ਤੁਸੀਂ ਦਾਨੀ ਦੀ ਲਵ ਸਟੋਰੀ ਕੰਟੀਨਿਊ ਰੱਖੋ। ਉਸ ਦਿਨ ਰਾਣੋ ਦੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸੀ, ਰਾਣੋ ਦੀ ਬਰਾਤ ਵੀ ਵੇਲੇ ਸਿਰ ਆ ਚੁੱਕੀ ਸੀ। ਰਾਣੋ ਦੁਲਹਨ ਬਣੀ, ਸਟੇਜ ਵੱਲ ਵੱਧ ਰਹੀ ਸੀ। ਕੁੜੀ ਲੰਗੜਾ ਕੇ ਕਿਉਂ ਤੁਰ ਰਹੀ ਹੈ? ਇਹੋ ਜੀ ਕੋਈ ਗੱਲ ਨਹੀਂ ਜੀ, ਅਸੀਂ ਤੁਹਾਨੂੰ ਦੱਸਦੇ ਹਾਂ। ਹੁਣ ਚੁੱਕੇ ਦਾ ਠਹਿਰ, ਚਿਹਰਾ ਵਿਖਾਇਦਾ, ਰੁਕ ਜਾ। ਆਓ ਮੈਂ ਤੁਹਾਨੂੰ ਬੈਠ ਕੇ ਦੱਸਦਾ ਕੀ ਗੱਲ। ਆ ਜਾਓ। ਕੀ ਬੈਠ ਕੇ ਦੱਸਦਾ? ਜੋ ਕੁਝ ਵੀ ਦੱਸਣਾ ਸਾਰਿਆਂ ਦੇ ਸਾਹਮਣੇ ਦੱਸੋ, ਨਹੀਂ ਤੇ ਵਿਆਹ ਵਿਉਹ ਨਹੀਂ ਹੋਣਾ। ਜੀ ਰੱਬ ਦਾ ਵਾਸਤਾ ਇੰਝ ਨਾ ਕਰੋ, ਆਪਾਂ ਬੈਠ ਕੇ ਇੱਕ ਮਿੰਟ ਗੱਲ ਕਰ ਲੈਂਦੇ ਹਾਂ। ਕੀ ਬੈਠ ਕੇ ਗੱਲ ਕਰ ਲੈਂਦੇ ਹਾਂ, ਸੁਣਿਆ ਨਹੀਂ ਤੂੰ? ਜੋ ਵੀ ਗੱਲ ਹੈ ਸਾਰਿਆਂ ਦੇ ਸਾਹਮਣੇ ਕਰੋ। ਇੱਥੇ ਉਹ ਕੁੜੀ ਇਸ ਤਰ੍ਹਾਂ ਕਿਉਂ ਤੁਰ ਰਹੀ ਹੈ ਲੰਗੜਾ ਕੇ? ਚਿਹਰਾ ਕਿਉਂ ਨਹੀਂ ਵਿਖਾਉਂਦੇ ਉਹਦਾ? ਆ ਲਓ ਦੇਖ ਲਓ ਮੇਰਾ ਚਿਹਰਾ। ਆ ਵੇਖ ਲਓ ਲੋਕੋ, ਸਰੇਆਮ ਮਜ਼ਾਕ ਕੀਤਾ ਇਹਨਾਂ ਨੇ। ਹੁਕਮ
ਅਸੀਂ ਇੱਥੇ ਮੁੰਡਾ ਵਿਆਹਣ ਆਏ ਸਾਂ, ਮੁੰਡਾ ਮੂੰਹ ਤੇ ਕਾਲਕ ਪਤਵਾਉਣ ਨਹੀਂ ਸੀ ਆਏ। ਹੈਂ ਕਿਉਂ, ਕੀ ਹੋਇਆ? ਮੈਨੂੰ ਇੰਜ ਸੜਿਆ ਦੇਖ, ਤੁਸੀਂ ਸਾਰੇ ਡਰ ਕਿਉਂ ਗਏ ਹੋ? ਹੁਣ ਨਹੀਂ ਪੁੱਛਣਾ ਮੈਂ ਇੰਜ ਕਿਉਂ ਤੁਰ ਰਹੀ ਹਾਂ। ਤੁਹਾਡਾ ਮਤਲਬ ਤਾਂ ਸਿਰਫ ਦਾਜ ਦੇ ਨਾਲ। ਰਾਣੋ, ਇਹ ਤੂੰ ਕੀ ਕਹੀ ਜਾਂਦੀ? ਨਾ ਵੀਰੇ ਨਾ, ਅੱਜ ਮੈਨੂੰ ਨਾ ਰੋਕੇ, ਅੱਜ ਮੈਨੂੰ ਬੋਲ ਲੈਣ ਦੇ। ਜਿਵੇਂ ਥੋੜ੍ਹੀ ਬਹੁਤੀ ਸੜ ਵੀ ਗਈ ਤਾਂ ਤੈਨੂੰ ਕੀ ਫਰਕ ਪੈਂਦਾ? ਕੁਛ ਫਰਕ ਨਹੀਂ ਪੈਂਦਾ। ਤੂੰ ਡਿੱਠਾ ਵਾਂਗੂ ਕੀ ਵੇਖ ਰਿਹਾ? ਚੱਲ ਇੱਥੋਂ ਚੱਲੀਏ, ਇਹ ਵਿਆਹ ਵੀ ਉਹਨੇ ਹੋਣਾ। ਚਲੋ ਚਲੋ ਇੱਥੋਂ ਚੱਲੀਏ। ਜੇ ਤੂੰ ਕੁੜੀ ਨੂੰ ਵਿਆਹੇ ਬਿਨਾਂ ਇੱਥੋਂ ਗਿਆ ਨਾ ਤਾਂ ਤੇਰੇ ਗਿੱਟੇ ਸੇਕ ਦਿਆਂਗੀ। ਮਾਤਾ ਤੈਨੂੰ ਕੀ ਹੋ ਗਿਆ, ਕੀ ਕਹੀ ਜਾਂਦੀ ਹੈ ਤੂੰ? ਰੱਬ ਤੋਂ ਡਰ ਬੂਟਿਆ, ਰੱਬ ਤੋਂ ਡਰ। ਮੈਂ ਤਾਂ ਕਹਿੰਦੀ ਹਾਂ ਬੜੀ ਵਧੀਆ ਗੱਲ ਹੋ ਗਈ ਕਿ ਕੁੜੀ ਨੇ ਆਪਣੇ ਆਪ ਨੂੰ ਆਪੇ ਅੱਗ ਲਾ ਲਈ। ਜੇ ਤੈਨੂੰ ਦਾਜ ਦਾ ਸਮਾਨ ਨਾ ਮਿਲਦਾ ਤਾਂ ਤੂੰ ਵੀ ਵਿਆਹ ਮਗਰੋਂ ਕੁੜੀ ਨੂੰ ਅੱਗ ਲਾ ਕੇ ਸਾੜ ਹੀ ਦੇਣਾ ਸੀ। ਚੰਗਾ ਹੋਇਆ ਉਹਨੇ ਆਪਣੇ ਆਪ ਹੀ ਇਹ ਕੰਮ ਕਰ ਲਿਆ ਨਾ, ਇਹਦੇ ਵਿੱਚ ਵੱਡੀ ਗੱਲ ਕਿਹੜੀ ਹੈ? ਉਹ ਵੱਡੀ ਗੱਲ ਨਹੀਂ, ਦਿਮਾਗ ਖਰਾਬ ਹੋ ਗਿਆ ਤੇਰਾ ਮਾਤਾ? ਹੈ ਤੂੰ ਕੀ ਬਣਨਾ? ਚੱਲ ਇੱਥੋਂ ਨਿਕਲ, ਨਹੀਂ ਕਰਨਾ ਹੀ ਪਿਆ। ਬਸ ਬਾਪੂ ਬਸ ਕਰ, ਬਹੁਤ ਹੋ ਗਿਆ। ਤੂੰ ਅੱਜ ਤੱਕ ਮੈਨੂੰ ਜੋ ਵੀ ਕਿਹਾ ਮੈਂ ਚੁੱਪ ਕਰਕੇ ਕਰਦਾ ਆਇਆ। ਹੁਣ ਨਹੀਂ ਬਾਪੂ, ਜੇ ਅੱਜ ਮੈਂ ਇੱਥੋਂ ਜਾਵਾਂਗਾ ਨਾ ਤਾਂ ਰਾਣੂ ਨੂੰ ਨਾਲ ਲੈ ਕੇ ਜਾਵਾਂਗਾ, ਤੇ ਨਾਲੇ ਹੁਣ ਤੂੰ ਵੀ ਇਸ ਗੱਲ ਦਾ ਫੈਸਲਾ ਕਰ ਲੈ। ਤੂੰ ਇੱਥੋਂ ਇਕੱਲੇ ਨੇ ਜਾਣਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਬਾਪੂ? ਕਮਲਿਆ, ਤੂੰ ਇਹ ਕਿਵੇਂ ਸੋਚ ਲਿਆ ਕਿ ਤੈਨੂੰ ਮੈਂ ਇਕੱਲੇ ਨੂੰ ਛੱਡ ਜੂੰਗਾ ਇੱਥੇ? ਹੈਂ, ਮੈਂ ਲਾਲਚੀ ਜ਼ਰੂਰ ਹਾਂ ਪਰ ਕਮੀਨਾ ਨਹੀਂ ਹੈਗਾ। ਓਏ, ਜੇ ਮੈਂ ਜਾਊਂਗਾ ਨਾ ਤੇ ਆਪਣੀ ਨੂੰ ਰਾਣੀ ਨੂੰ ਨਾਲ ਲੈ ਕੇ ਜਾਊਂਗਾ। ਬਈ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਆ, ਪਾਓ ਭੰਗੜੇ। ਪਰ ਮੈਨੂੰ ਇਤਰਾਜ਼ ਹੈ। ਧੀਏ, ਕੀ ਗੱਲ ਹੈ? ਹੋਸ਼ ਕਰ ਪੁੱਤਰ, ਕਿਉਂ ਤੂੰ ਜਿੱਦ ਕਰਦੀ? ਆਪਾਂ ਕਿੰਨੇ ਮਜਬੂਰ ਹੋ ਗਏ ਆ ਬਾਪੂ ਜੀ, ਇੱਥੇ ਸਾਰੇ ਆਪਣੇ ਬਾਰੇ ਸੋਚ ਰਹੇ ਆ। ਪਰ ਦਾਨੀ ਦਾ ਕੀ? ਚੁੱਪ ਕਰ, ਚੁੱਪ ਕਰ ਭੈਣੇ। ਆਖਿਰ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਵੀਰ ਜੀ? ਸਾਰਿਆਂ ਵਾਸਤੇ ਸਭ ਕੁਝ ਕਰਦੇ ਰਹੇ ਪਰ ਆਪਣੇ ਬਾਰੇ ਕਦੇ ਨਹੀਂ ਸੋਚਿਆ। ਬਾਪੂ ਜੀ, ਮੈਂ ਅੱਜ ਵਿਆਹ ਜ਼ਰੂਰ ਕਰਵਾਉਂਗੀ ਪਰ ਜੇ ਅੱਜ ਦੇ ਦਿਨ ਹੀ ਵੀਰੇ ਦਾ ਵਿਆਹ ਵੀ ਹੋਊਗਾ। ਉਹ ਬਈ, ਅੱਜ ਸੋਚਣ ਵਾਲੀ ਕਿਹੜੀ ਗੱਲ ਹੈ? ਮੁੰਡਾ ਵੀ ਇੱਥੇ ਹੈ ਤੇ ਕੁੜੀ ਵੀ। ਲੋੜ ਸੀ ਦੋ ਕੁਰਸੀਆਂ ਦੀ, ਉਹ ਆਪਾਂ ਲਗਵਾਤੀਆਂ। ਕਿਉਂ ਬਈ? ਜੁਗਨੀ ਬੁੱਕ।
ਕਿ ਕਿੱਦਾਂ ਮੇਰੇ ਜਿਉਣਿਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਬਹਿ ਜਾਵਾਂ ਕੁਰਸੀ 'ਤੇ। ਰੂਪ ਰੂਪ ਮੌਸਮ ਸੋਹਣਾ ਉੱਤੋਂ ਤੇਰਾ ਸ਼ਰਮਾਉਣਾ ਮੇਰਾ ਦਿਲ ਮਰ ਜਾਣਾ ਰੇ ਬਸ ਨਾ। ਮੌਸਮ ਸੁਹਾਣਾ ਵੀ ਹੋਇਆ ਮਰ ਜਾਣਾ ਦੂਰ ਨਾ ਤੂੰ ਜਾਣਾ ਮੇਰੇ ਮਾਇਆ। ਏਦਾਂ ਕਾਹਤੋਂ ਦੇਖ ਰਹੇ? ਮਾਫ਼ ਕਰ ਦੇ ਯਾਰਾ, ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਚੱਲੂਗਾ? ਓਏ ਤੇਰੀ ਜੋੜੀ ਮੈਂ ਨਹੀਂ ਰੂਪ ਹੈ, ਨਾਲੇ ਤੂੰ ਮੇਰਾ ਉਹ ਜਾਣਾ ਨਹੀਂ ਜਿਹੜਾ ਮੇਰੇ ਸੁਪਨਿਆਂ 'ਚ ਆਉਂਦਾ। ਕੀ ਗੱਲ, ਤੂੰ ਇੱਥੇ ਇਕੱਲਾ ਹੀ ਕਿਵੇਂ ਲੁਕਿਆ ਖੜਾ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਨਜ਼ਰ ਨਹੀਂ ਆ ਰਿਹਾ? ਓਹੋ, ਲੱਗਦਾ ਮਾਮਾ ਗੱਲ ਤੈਨੂੰ ਅਜੇ ਵੀ ਸਮਝ ਨਹੀਂ ਆਈ। ਉਹ ਦੇਖ ਸਾਹਮਣੇ, ਉਹ ਰਿਹਾ ਦੱਬਿਆ ਪਿਆ ਖਜ਼ਾਨਾ। ਦੇਖ ਤਾਂ ਸਹੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਦੀਆਂ ਜੋੜੀਆਂ। ਯਾਰ ਤੂੰ ਸ਼ਕਲੋਂ ਹੀ ਮੂਰਖ ਲੱਗਦਾ, ਲੇਕਿਨ ਗੱਲ ਤੂੰ ਬੜੀ ਪਤੇ ਦੀ ਕੀਤੀ ਹੈ। ਮਾਂ ਬਾਪ ਦੇ ਘਰ ਤਾਂ ਖਜ਼ਾਨਾ ਉਸੇ ਦਿਨ ਦੱਬ ਜਾਂਦਾ ਜਦੋਂ ਉਸਦੇ ਘਰ ਕੋਈ ਨੰਨੀ ਪਰੀ ਜਨਮ ਲੈਂਦੀ ਹੈ। ਜਿਉਂਦੀ ਰਹਤੀ ਮੈਂ ਤੇਰਾ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, ਨਹੀਂ ਭੁੱਲ ਸਕਦਾ। ਹੁਣ ਭੰਗੜਾ ਸ਼ੰਗੜਾ ਪਾਈਏ। ਹਾਂ ਇਹ ਸੀ ਕਹਾਣੀ ਦਾਨੀ ਤੇ ਰੂਪ ਦੀ। ਦਾਨੀ ਅੱਜ ਬਹੁਤ ਖੁਸ਼ ਸੀ, ਉਹਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਸਭ ਕੁਛ ਹਕੀਕਤ ਹੈ ਜਾਂ ਕੋਈ ਸੁਪਨਾ। ਵਾਹ, ਯਕੀਨ ਹੀ ਨਹੀਂ ਹੋ ਰਿਹਾ ਕਿ ਆਪਣਾ ਦਾਦਾ ਦਾਨੀ ਇੰਨਾ ਰੋਮੈਂਟਿਕ ਵੀ ਹੋ ਸਕਦਾ ਸੀ। ਪਰ ਬਾਪੂ ਜੀ, ਇੱਕ ਗੱਲ ਹਮੇਸ਼ਾ ਮੇਰੇ ਦਿਮਾਗ 'ਚ ਖਟਕਦੀ ਹੈ ਕਿ ਆਪਾਂ ਸਾਰੇ ਤਾਂ ਬਚਪਨ ਤੋਂ ਇਕੱਠੇ ਹਾਂ, ਫਿਰ ਦਾਦਾ ਦਾਨੀ ਕਦੇ ਨਜ਼ਰ ਕਿਉਂ ਨਹੀਂ ਆਇਆ? ਉਹ ਕਿੱਥੇ ਹੈ? ਮਜਨੂੰ, ਮਜਨੂੰ ਆਏ! ਉਹ ਮਜਨੂੰ ਲੁੱਟੇ ਗਏ ਯਾਰ, ਪੈ ਗਿਆ ਸਿਆਪਾ। ਓਏ ਰੰਡਵਾ ਹੋ ਗਿਆ ਤੂੰ, ਰੰਡਵਾ ਤੇ ਪਰੀ ਫਲਾਈ। ਉਹ ਵਾਪਸ ਆ। ਕੀ ਹੈ ਯਾਰ, ਤੂੰ ਕੀ ਕਹਿ ਕੇ ਆਇਆ ਯਾਰ? ਪਰੀ ਨੂੰ ਸਭ ਕੁਛ ਲੁੱਟਿਆ ਗਿਆ, ਸਾਰੇ ਲੁੱਟੇ ਗਏ ਤੇ ਤੁਸੀਂ ਵੀ ਲੁੱਟੇ ਗਏ। ਹੁਣੇ ਵਿਆਹ ਵੂ ਨਹੀਂ ਹੋਣਾ, ਮੈਂ ਹੁਣੀ ਦੇਖ ਕੇ ਆਇਆ ਕਿ ਉਹ ਪਰੀ ਦਾ ਵਿਆਹ ਕਿਸੇ ਹੋਰ ਨਾ ਕਰਨ ਜਾ ਰਹੇ ਨੇ। ਮੈਂ ਤਾਂ ਇਹ ਵੀ ਸੁਣਿਆ ਉਹ ਕਹਿ ਰਹੇ ਸੀ
ਕਿਉਂ ਪਰੀ ਦਾ ਵਿਆਹ ਤੁਹਾਡੇ ਭੁੱਖੇ ਨੰਗਾਂ ਦੇ ਘਰ ਨਹੀਂ ਕਰਨਗੇ? ਓਏ ਓਏ ਭੁੱਖੇ ਨੰਗਿਆਂ ਨੂੰ ਅਸੀਂ ਕਿਹੜਾ ਉਹਨਾਂ ਦੇ ਕੁੱਤਿਆਂ ਦਾ ਸ਼ੈਂਪੂ ਚੋਰੀ ਕਰਕੇ ਲੈ ਆਏ ਆ? ਓਏ ਨਹੀਂ ਵਿਆਹ ਕਰਨਾ ਤੇ ਨਾ ਕਰਾਣ, ਸਾਡੇ ਮੁੰਡੇ ਨੂੰ ਹੋਰ ਰਿਸ਼ਤੇ ਬਥੇਰੇ ਕੇ। ਹਾਏ ਹਾਏ ਮੈਂ ਲੁੱਟੀ ਗਈ, ਮੈਂ ਤਾਂ ਬਰਬਾਦ ਹੋ ਗਈ। ਮੈਂ ਤਾਂ ਇੰਨਾ ਖਰਚਾ ਕਰਕੇ ਕੈਨੇਡਾ ਤੋਂ ਆਈ ਸੀ, ਮੈਂ ਕਿਸੇ ਨੂੰ ਕੀ ਮੂੰਹ ਦਿਖਾਉਂਗੀ? ਮੈਂ ਕਿੱਦਾਂ ਆਪਣਾ ਖਰਚਾ ਪੂਰਾ ਕਰੂੰਗੀ? ਓਏ ਹੋਏ ਹੁਣ ਤੈਨੂੰ ਕੀ ਹੋ ਗਿਆ? ਓਏ ਸਾਡੇ ਮੁੰਡੇ ਦਾ ਵਿਆਹ ਹੀ ਟੁੱਟਿਆ, ਓਏ ਮੇਰੀ ਫੋਟੋ ਤੇ ਹਾਰ ਨਹੀਂ ਟੰਗਿਆ ਜਿਹੜਾ ਤੂੰ ਇੰਨੇ ਕੀਰਨੇ ਵਾਰੀ ਆ? ਤੁਹਾਡੀ ਫੋਟੋ ਦਾ ਤੇ ਹਾਰ ਨਹੀਂ ਟੰਗਿਆ, ਪਰ ਸਾਡੀ ਫੋਟੋ ਤੇ ਹਾਰ ਜ਼ਰੂਰ ਟੰਗ ਜਾਊਗਾ। ਇੱਥੇ ਤੂੰ ਇੰਨਾ ਖਰਚਾ ਕਰਕੇ ਆਈ ਸੀ, ਇਸ ਵਾਰ ਤਾਂ ਉਮੀਦ ਸੀ ਵੀ ਕੁਛ ਨਾ ਕੁਛ ਜ਼ਰੂਰ ਮਿਲੂਗਾ। ਸਿਮੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਆਹ ਤੇਰੇ ਨਿਠੱਲੇ ਭਰਾ ਦਾ ਵਿਆਹ ਵੀ ਨਹੀਂ ਹੋਣਾ। ਤੂੰ ਹੀ ਕਹਿੰਦੀ ਸੀ ਕੈਨੇਡਾ ਦੀ ਕੁੜੀ ਹੈ, ਕੈਨੇਡਾ ਦੀ ਕੁੜੀ ਹੈ। ਲੈ ਹੁਣ ਖੁਸ਼ ਆ ਨਾ ਖਰਚਾ ਕਰਕੇ। ਮਾਮੂ ਦਾ ਵਿਆਹ ਟੁੱਟ ਗਿਆ ਤੇ ਉਸ ਤੋਂ ਉੱਪਰ ਤੈਨੂੰ ਲੈਣ ਦੇਣ ਦੀ ਪਈ ਹੈ। ਪਰੀ ਦਾ ਹੱਥ ਛੱਡ। ਮਜਨੂੰ ਤੇ ਪਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ, ਉਹ ਇੱਕ ਦੂਜੇ ਬਗੈਰ ਰਹਿ ਨਹੀਂ ਸਕਦੇ। ਸੁਣਿਆ ਨੀ, ਪਰੀ ਦਾ ਹੱਥ ਛੱਡ, ਨਹੀਂ ਤਾਂ ਕੀ ਕਰੇਗਾ? ਗੋਲੀ ਮਾਰੇਗਾ। ਮਾਰ ਮਾਰ। ਇਹ ਹੈ ਤੇਰਾ ਮਜਨੂੰ, ਜੇ ਰਿਸ਼ਤਾ ਤੋੜ ਹੀ ਦਿੱਤਾ ਸੀ ਤੇ ਇੱਥੇ ਪਰੀ ਦੇ ਵਿਆਹ 'ਚ ਕੀ ਚੂਰੀਆਂ ਖਵਾਉਣ ਆਇਆ ਸੀ? ਓਹ ਇਹਦਾ ਮਤਲਬ ਇਹ ਨਹੀਂ ਹੋ ਭਾਈ ਸਾਹਿਬ, ਜਿਹਦੇ ਨਾਲ ਤੂੰ ਮੈਨੂੰ ਛੱਡ ਕੇ ਵਿਆਹ ਕਰਾ ਰਹੀ ਹੈ। ਤੂੰ ਤੇ ਕਹਿੰਦਾ ਸੀਗਾ ਤੇਰੀ ਤੇ ਇਹਦੀ ਜੋੜੀ ਕਦੇ ਟੁੱਟ ਨਹੀਂ ਸਕਦੀ। ਹਾਂ ਕੀ ਹੋ ਗਿਆ ਅੱਜ ਮਜਨੂੰ, ਆਪਣੀ ਲੈਲਾ ਦਾ ਹੱਥ ਕਿਸੇ ਹੋਰ ਦੇ ਹੱਥ 'ਚ ਦੇ ਤਾ? ਆਲਾ, ਪਰੀ ਹਮੇਸ਼ਾ ਤੇਰੀ ਸੀ ਤੇ ਤੇਰੀ ਰਹੂਗੀ। ਕੀ ਮਤਲਬ? ਆ ਸਭ ਡਰਾਮਾ ਸੀ ਤੈਨੂੰ ਇੱਥੇ ਲਿਆਉਣ ਲਈ।
ਤੇ ਪੈਰੀ ਮਜਨੂੰ ਤੋਂ ਵਧੀਆ ਮੁੰਡਾ ਤੈਨੂੰ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੂਗਾ। ਉਹ ਪਿੱਛੇ ਮੁੜ ਕੇ ਤਾਂ ਦੇਖੋ। ਇਹ ਸਭ ਕੁਝ ਕੀ ਹੋ ਰਿਹਾ ਜੀ? ਜੇ ਸਭ ਮੈਂ ਤੁਹਾਨੂੰ ਸਮਝਾਉਣਾ, ਉਹ ਮੇਰੇ ਨਾਲ ਕੀ ਹੋ ਰਿਹਾ ਮੈਨੂੰ ਵੀ ਦੱਸ ਦੋ। ਇਹ ਪਰੀ ਦਾ ਦੋਸਤ ਹੈ ਪ੍ਰਤਾਪ ਸਿੰਘ, ਇਹ ਇੱਥੇ ਮਜਨੂੰ ਤੇ ਪਰੀ ਦਾ ਵਿਆਹ ਅਟੈਂਡ ਕਰਨ ਆਇਆ, ਵਿਆਹ ਕਰਾਉਣ ਨਹੀਂ ਆਇਆ। ਤੇ ਜੇ ਪਰੀ ਤੇ ਮਜਨੂੰ ਦਾ ਵਿਆਹ ਹੋ ਹੀ ਰਿਹਾ ਸੀ ਫਿਰ ਇਹ ਇੰਨਾ ਡਰਾਮਾ ਕਰਨ ਦੀ ਕੀ ਲੋੜ ਸੀ? ਸਰਦਾਰ ਸਾਹਿਬ, ਖੁਦਦਾਰ ਬੰਦਿਆਂ ਦੀ ਆਪਣੀ ਇੱਕ ਅਲੱਗ ਦੁਨੀਆ ਹੁੰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਹੈ। ਜਦੋਂ ਮੇਰੀ ਧੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਦੇ ਤੇ ਮਜਨੂੰ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਧੀ ਨੂੰ ਮਜਨੂੰ ਤੋਂ ਵਧੀਆ ਲੜਕਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਬੁਲਾਉਂਦਾ ਤਾਂ ਤੁਸੀਂ ਆਉਣਾ ਨਹੀਂ ਸੀ, ਇਸ ਲਈ ਮੈਨੂੰ ਡਰਾਮਾ ਰਚਣਾ ਪਿਆ। ਇਹਦੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ ਜੀ। ਡੈਡੀ ਜੀ, ਤੁਹਾਨੂੰ ਕੀ ਕਿਹਾ ਸੀ? ਕੁੜੀ ਕੈਨੇਡਾ ਤੋਂ ਆਏਗੀ, ਕੈਨੇਡਾ ਤੋਂ ਨਾਲੇ ਤੁਹਾਡੀ ਔਕਾਤ। ਨਾ ਜੀ ਨਾ, ਉਹ ਅਸੀਂ ਤਾਂ ਹਲੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕੋਈ ਇੰਤਜ਼ਾਮ ਕੀਤਾ, ਉਹ ਅਸੀਂ ਤਾਂ ਬਿਨਾਂ ਨਾਤੇ ਮੂੰਹ ਚੱਕ ਕੇ ਉੱਧਰ ਹੀ ਆ ਗਏ। ਸਾਨੂੰ ਥੋੜ੍ਹਾ ਜਿਹਾ ਟਾਈਮ ਤਾਂ ਦਿਓ ਜੀ। ਦੇਖੋ ਜੀ, ਇਹ ਕੱਚਾ ਵਿਆਹ ਹੋ ਰਿਹਾ, ਪੱਕਾ ਵਿਆਹ ਕੈਨੇਡਾ 'ਚ ਹੋਏਗਾ, ਉਹ ਵੀ ਪੂਰੇ ਜੋਸ਼ ਖਰੋਸ਼ ਨਾਲ। ਮਾਮੂ, ਤੁਸੀਂ ਤੇ ਕਿਹਾ ਸੀ ਸਰਬਲੇ ਨੂੰ ਨਾ ਲੈ ਕੇ ਕੁੜੀ ਚਲੋਗੇ। ਓਏ ਚੈਂਪੀਅਨ ਪੁੱਤਰ, ਤੂੰ ਜਾਣਦਾ ਨਹੀਂ ਕੈਨੇਡਾ ਜਾ ਕੇ ਘੋੜੀ ਚੜਨ ਦਾ ਸਵਾਦ ਹੀ ਆਪਣਾ। ਨਾਲੇ ਜੇ ਸਹਿਰਾ ਬੰਨਾ ਹੀ ਹੈ ਤੇ ਕੈਨੇਡਾ ਜਾ ਕੇ ਬੰਨਾਂਗੇ, ਹੈ ਕਿ ਨਹੀਂ? ਤੂੰ ਇੱਕ ਨੰਬਰ ਦਾ ਕੁੱਤਾ ਹੈ। ਨਾ ਬੁਗੇ ਨਾ, ਨਾ ਨਾ, ਕੁੱਤਾ ਹੈਜ਼ 4 ਲੈਗਸ, ਆਈ ਹੈਵ 2 ਲੈਗਸ, ਕੁੱਤਾ ਹੈਜ਼ ਲੌਂਗ ਟੇਲ, ਆਈ ਹੈਵ ਨੋ ਟੇਲ ਬੁਗੇ। ਬਾਪੂ, ਬਾਪੂ ਜੀ, ਬਾਪੂ, ਬਾਪੂ, ਏ ਆ ਕੀ ਹੋਇਆ? ਤੁਸੀਂ ਤਾਂ ਮੇਰਾ ਤਰਾਹ ਕਰਤਾ ਸੀ। ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਦੇਸੀ ਘਿਓ ਪਾ ਕੇ। ਆ ਕੀ ਹੋ ਗਿਆ? ਕਿਉਂ ਬੀਂਡੇ ਵਰਗਾ ਬੂਥਾ ਬਣਾਇਆ? 3-4 ਮਹੀਨੇ ਨੂੰ ਤੇਰਾ ਵੀਜ਼ਾ ਲੱਗ ਜਾਣਾ ਹੈ, ਫਿਰ ਦੁੱਲੇ ਨੇ ਕੈਨੇਡਾ ਚਲੇ ਜਾਣਾ। ਕਾਹਦਾ ਕੈਨੇਡਾ, ਕਾਹਦਾ ਵਿਆਹ? ਕੁੜੀ ਵੀ ਵਿਆਹੀ, ਘਰ ਫੇਰ ਨਾ ਆਈ, ਆਪ ਤਾਂ ਨਿਕਲ ਗਈ ਉਹ ਕੈਨੇਡਾ, ਮੈਨੂੰ ਛੱਡ ਗਏ ਤੇ ਤੁਹਾਡੇ ਨਾਲ। ਪਤਾ ਨਹੀਂ ਕਦੋਂ ਵੀਜ਼ਾ ਲੱਗਣਾ, ਕਦੋਂ ਜਾਣਾ। ਤੁਸੀਂ ਮੈਨੂੰ ਛੱਡੋ, ਤਾਂ ਦਾਨੀ ਕੰਟੀਨਿਊ ਕਰੋ। ਉਹ ਦਿਨ ਸਾਰਿਆਂ ਨੂੰ ਲੱਗਿਆ ਕਿ ਦਾਨੀ ਆਪਣੇ ਵਿਆਹ ਤੋਂ ਬੜਾ ਖੁਸ਼ ਹੈ, ਪਰ ਦਾਨੀ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਉਹਦੇ ਪਿਆਰ ਦੀ ਕਹਾਣੀ ਕੁਝ ਹੋਰ ਹੀ ਮੋੜ ਲੈ ਚੁੱਕੀ ਸੀ। ਬਾਪੂ ਜੀ, ਬਾਪੂ, ਇਹ ਕਿਹੜੀ ਬਿਮਾਰੀ ਲਵਾ ਲਈ ਏ?
ਬਾਪੂ ਜੀ ਨਹੀਂ, ਤੁਸੀਂ ਇੱਕ ਵਾਰ ਫਿਰ ਕਹਾਣੀਆਂ ਦੇ ਵਿਚਕਾਰ ਛੱਡ ਕੇ ਨਹੀਂ ਜਾ ਸਕਦੇ ਬਾਪੂ ਜੀ, ਨਹੀਂ। ਉਹ ਬਾਪੂ ਬੰਬੇ ਸ਼ੂਟ ਕਰ ਰਹੇ ਹਾਂ ਜੀ, ਅਤੇ ਫਿਲਮ ਲਿਖੀ ਹੈ ਜੀ ਅਦਿੱਤਿਆ ਸੂਰ ਨੇ, ਅਤੇ ਡਾਇਰੈਕਟ ਵੀ ਉਹਨਾਂ ਨੇ ਕੀਤੀ। ਪਹਿਲਾਂ ਇਹੋ ਜਿਹਾ ਗਾਣਾ ਜਿੱਦਾਂ ਜਿਹੜਾ ਮੈਂ ਇੱਦਾਂ ਸ਼ੂਟ ਕਰ ਰਿਹਾ, ਅਤੇ ਵਧੀਆ ਐਕਸਪੀਰੀਅੰਸ ਸੈੱਟ 'ਤੇ ਮੈਂ ਆਇਆ ਅਤੇ ਮੈਨੂੰ ਬਹੁਤ ਵਧੀਆ ਲੱਗਾ। ਅੱਜ ਨੇ ਮਾਂ ਭੈਣਾਂ ਨੇ ਗਾਲਾਂ ਕੱਢੀਆਂ, ਮਤਲਬ ਸੀਨ 'ਚ ਐਸੋਸੀਏਟ ਨੇ ਫਿਲਮ ਕੀ ਸ਼ੂਟਿੰਗ ਕੇ ਦੌਰਾਨ ਹਮਾਰੇ ਮੋਹਿਤ ਸਾਹਿਬ, ਡੀ ਓ ਪੀ ਸਾਹਿਬ, ਸਕੈਲੀ ਪਾਰਕ ਕੈਨੇਡਾ ਮੇ ਟੇਬਲ ਸਾਹਿਬ ਕਹਾਂ ਸਰ ਉਸਕਾ।